ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਫੈਸਲਾ ਦੇਸ਼ ਦਾ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ, ਪੈਨਲ ਲਗਾਤਾਰ ਬਦਲ ਰਿਹਾ ਅਤੇ ਹੁਣ ਪੈਨਲ ਦੇ ਵਿੱਚ ਜਿਹੜੇ ਮਹਿਮਾਨ ਇੱਥੇ ਪਹੁੰਚ ਚੁੱਕੇ ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ। ਬਲਵਿੰਦਰ ਚੰਮੂ ਸੀਨੀਅਰ ਪੱਤਰਕਾਰ ਨੇ, ਅਕਸਰ ਤੁਸੀਂ ਇਹਨਾਂ ਦੀਆਂ ਸਟੋਰੀਜ਼ ਪੜ੍ਹਦੇ ਹੋ, ਆਮ ਆਦਮੀ ਪਾਰਟੀ ਬਾਰੇ ਬੜਾ ਲਿਖਦੇ ਆ, ਹਰਿਆਣੇ ਬਾਰੇ, ਚੰਡੀਗੜ੍ਹ ਦੀ ਸਿਆਸਤ ਬਾਰੇ ਅਤੇ ਪੰਜਾਬ ਸਾਰਾ ਘੁੰਮ ਕੇ ਆਏ। ਬਲਵਿੰਦਰ ਚੰਮੂ ਤੁਹਾਡਾ ਬਹੁਤ ਸਵਾਗਤ ਹੈ। ਗੁਰਮੀਤ ਸਿੰਘ ਜੀ, ਇਹ ਵੀ ਸੀਨੀਅਰ ਪੱਤਰਕਾਰ ਨੇ। ਗੁਰਮੀਤ ਸਿੰਘ ਜੀ, ਹਰਿਆਣਾ ਨੂੰ ਹਰਿਆਣਾ ਬੈਲਟ ਬਾਰੇ ਚੰਗੀ ਤਰ੍ਹਾਂ ਪਤਾ ਹੈਗਾ ਅਤੇ ਦਿੱਲੀ ਤੱਕ ਦੀ ਰਾਜਨੀਤੀ ਦੀ ਇਹਨਾਂ ਨੂੰ ਜਾਣਕਾਰੀ ਹੈਗੀ ਹੈ, ਇਹਨਾਂ ਨੂੰ ਸਮਝ ਹੈਗੀ ਹੈ ਕਿ ਹਿੰਦੀ ਬੈਲਟ ਕਿਹੜਾ ਫੈਸਲਾ ਸੁਣਾਉਂਦੀ ਹੈ ਅਤੇ ਪੰਜਾਬ ਤੋਂ ਹਰਿਆਣਾ ਤੱਕ ਦੀ ਸਿਆਸਤ ਕਹਿੰਦੀ ਕੀ ਹੈ, ਪਾਣੀ ਦੀ ਸਿਆਸਤ ਹੁੰਦੀ ਕੀ ਹੈ ਅਤੇ ਕਿਸਾਨਾਂ ਦੀ ਸਿਆਸਤ ਮੋਦੀ ਸਾਹਿਬ ਦੇ ਅੱਗੇ ਚੱਲਦੀ ਕਰਨੀ ਹੈਗੀ ਹੈ। ਗੁਰਮੀਤ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਸੁਖਦੇਵ ਸਿੰਘ ਰੋਪੜ ਕਾਂਗਰਸ ਦੇ ਬੁਲਾ ਰਹੇ ਆ, ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪੰਜਾਬ ਵਿੱਚੋਂ ਤੁਹਾਡੇ ਲਈ ਚੰਗੀ ਖਬਰ ਹੈ, ਵਿਦੇਸ਼ ਵਿੱਚੋਂ ਚੰਗੀ ਖਬਰ ਨਹੀਂ ਹੈਗੀ, ਰੋਪੜ ਸਾਹਿਬ ਅੱਧੀ ਖੁਸ਼ੀ ਅੱਧੀ ਅੱਧਾ ਕੰਮ ਤੁਹਾਨੂੰ ਮਿਲਦਾ ਪਿਆ ਹੈਗਾ। ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਤਿੰਦਰ ਗਿੱਲ, ਇਹਨਾਂ ਦੀ ਪਾਰਟੀ ਦੇ ਪ੍ਰਧਾਨ ਅਤੇ ਜਿਹੜੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਆ, ਦੋਨੋਂ ਅੱਗੇ ਚੱਲਦੇ ਪਏ ਹੈਗੇ, ਇਹਨਾਂ ਲਈ ਰਾਹਤ ਦੀ ਖਬਰ ਹੈਗੀ ਹੈ, ਪਰ ਕੁੱਲ ਮਿਲਾ ਕੇ ਦੇਸ਼ ਵਿੱਚੋਂ ਇਹਨਾਂ ਦੀ ਚੰਗੀ ਖਬਰ ਹੈਗੀ ਹੈ ਪਰ ਪੰਜਾਬ ਵਿੱਚੋਂ ਇਹਨਾਂ ਦੀ ਚੰਗੀ ਖਬਰ ਨਹੀਂ ਹੈਗੀ। ਗਿੱਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਗਿੱਲ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ, ਗਿੱਲ ਸਾਹਿਬ ਉਮੀਦ ਸੀ ਕਿ ਬਠਿੰਡਾ ਅਤੇ ਫਿਰੋਜ਼ਪੁਰ ਦੇ ਵਿੱਚ ਤੁਸੀਂ ਲੀਡ ਲਓਗੇ, ਹਜੇ ਵੈਸੇ ਫੈਸਲਾ ਹੋਇਆ ਨਹੀਂ ਗਾ, ਬਠਿੰਡਾ ਫਿਰੋਜ਼ਪੁਰ ਵਿੱਚੋਂ ਤੁਹਾਡਾ ਸ਼ਾਇਦ ਫੈਸਲਾ ਹੱਕ ਵਿੱਚ ਆ ਜਾਵੇ, ਬਠਿੰਡਾ 'ਚ ਫੈਸਲਾ ਮੁਕਾਬਲਾ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਵੋਟਰ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਵੀ, ਜਿਨ੍ਹਾਂ ਨੇ ਗਰਮੀ ਦੇ ਬਾਵਜੂਦ ਜਾ ਕੇ ਪਾਰਟੀਸਪੇਟ ਤਾਂ ਕੀਤਾ, ਪਰ ਜਿਸ ਹਿਸਾਬ ਦੀ ਪਰਸੈਂਟੇਜ ਆਫ ਟਰਨਆਊਟ ਸੀ ਸਾਨੂੰ ਉਮੀਦ ਸੀ ਉਨੀ ਤਾਂ ਨਹੀਂ ਹੋਈ, ਬਟ ਉਹਦੇ ਬਾਵਜੂਦ ਜਿਹੜੇ ਲੋਕਾਂ ਨੇ ਮੈਂਡੇਟ ਕੀਤਾ ਅਤੇ ਜੋ ਉਹਨਾਂ ਨੇ ਆਪਣੀ ਉਮੀਦਾਂ ਦੇ ਹਿਸਾਬ ਨਾਲ ਮੈਂਡੇਟ ਕੀਤਾ ਉੱਦਾਂ ਹੀ ਆ ਰਿਹਾ ਸਾਰਾ। ਕੋਈ ਐਸਾ ਤੁਹਾਨੂੰ ਇੰਨੀ ਕੁ ਉਮੀਦ ਸੀ? ਇੰਨੀ ਕੁ ਉਮੀਦ ਸੀ ਤੁਹਾਨੂੰ? ਨਹੀਂ, ਤੁਸੀਂ ਦੋ ਸੀਟਾਂ ਦੀ ਗੱਲ ਕੀਤੀ ਨਾ ਜੀ, ਮੈਂ ਉਹਦੀ ਗੱਲ ਕਰ ਰਿਹਾ। ਦੋ ਸੀਟਾਂ ਜਿਹੜੀ ਤੁਸੀਂ ਗੱਲ ਕੀਤੀ ਆ, ਜਿਸ ਹਿਸਾਬ ਦੀਆਂ ਐਕਸਪੈਕਟੇਸ਼ਨ ਸੀ, ਜਿੱਤ ਹੁੰਦੀ ਆ, ਮਾਰਜਨ ਦਾ ਇੰਨਾ ਨਹੀਂ ਹੁੰਦਾ ਕਿਉਂਕਿ ਜੋ ਹਾਲਾਤ ਚੱਲ ਰਹੇ ਸੀ ਪੰਜਾਬ ਦੇ, ਜਿਸ ਹਿਸਾਬ ਨਾਲ ਨੈਗੇਟਿਵ ਪ੍ਰਚਾਰ ਕੀਤਾ ਜਾ ਰਿਹਾ ਸੀ ਜਾਂ ਮਹਾਰਾਜ ਦੀ ਬੇਅਦਬੀ ਨੂੰ ਸਿਆਸੀ ਰੂਪ ਦੇ ਕੇ ਇਹਨਾਂ ਪਾਰਟੀਆਂ ਨੇ ਸਟੇਜਾਂ 'ਤੇ ਗੱਲ ਕੀਤੀ ਆ। ਰਾਜੇ ਵੜਿੰਗ ਦੀ ਵੀ ਰੈਲੀ ਹੋਈ ਸੀ, ਉਹਨੇ ਸਿਵਾਏ ਮਹਾਰਾਜ ਦੀ ਬੇਅਦਬੀ ਦੀ ਹੋਰ ਕੋਈ ਗੱਲ ਹੀ ਨਹੀਂ ਕੀਤੀ। ਸੋ ਜਿਸ ਹਿਸਾਬ ਨਾਲ ਸਿਆਸੀ ਰੂਪ ਦਿੱਤਾ ਗਿਆ ਸੀ ਮਹਾਰਾਜ ਦੀ ਬੇਅਦਬੀ ਨੂੰ, ਉਹਦਾ ਜਵਾਬ ਮਿਲ ਜਾਣਾ ਥੋੜ੍ਹੇ ਘੰਟਿਆਂ ਦੀ ਗੱਲ ਹੈ, ਤੁਹਾਡੇ ਸਾਹਮਣੇ ਆ ਜਾਣਾ ਸਰ। ਹੋਰ ਕਿਤੇ ਤੁਸੀਂ ਦੇਖਦੇ ਹੋ ਨਹੀਂ ਪਏ ਬਠਿੰਡਾ ਫਿਰੋਜ਼ਪੁਰ ਤੋਂ ਇਲਾਵਾ? ਨਹੀਂ, ਤੁਸੀਂ ਦੋ ਸੀਟਾਂ ਦੀ ਗੱਲ ਕੀਤੀ, ਬਠਿੰਡਾ ਫਿਰੋਜ਼ਪੁਰ ਤੋਂ ਕਿਤੇ ਹੋਰ ਦੇਖਦੇ ਨਹੀਂ ਪਏ? ਮੈਂ ਹੋਰ ਕਿਹੜੀ ਗੱਲ ਕਰਾਂ ਸਵਾਲ, ਮੈਂ ਦੱਸੀ ਜਾਂਦਾ ਜੀ। ਬਾਕੀ ਸੀਟਾਂ ਤਾਂ ਸਿਰਫ ਬੇਅਦਬੀ ਦੇ ਮੁੱਦੇ ਕਰਕੇ ਤੁਸੀਂ ਪਿੱਛੇ ਰਹਿ ਗਏ। ਹਾਂਜੀ, ਮੋਦੀ ਸਾਹਿਬ ਦੇ ਨਾਂ ਤੁਸੀਂ ਵੋਟਾਂ ਮੰਗੀਆਂ ਤਾਂ ਰਿਜ਼ਲਟ ਆ ਰਹੇ ਆ, ਮੋਦੀ ਸਾਹਿਬ ਹਾਰ ਰਹੇ ਜਾਂ ਬਾਦਲ ਸਾਹਿਬ ਪਿੱਛੇ ਰਹਿ ਗਏ ਇੱਥੇ? ਨਹੀਂ, ਦੇਖੋ ਮੈਂ ਦੱਸਦਾ, ਮੋਦੀ ਸਾਹਿਬ ਵਾਲਾ ਫੈਕਟਰ ਜਿਹੜਾ ਨਾ, ਉਹ ਇੱਕ ਡਿਫਰੈਂਟ ਫੈਕਟਰ ਆ ਪੰਜਾਬ ਦੀ ਪੋਲੀਟਿਕਸ 'ਚ, ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ ਪੰਜਾਬ ਦੀ ਪੋਲੀਟਿਕਸ 'ਤੇ। ਉਹਦਾ ਜੇ ਇਫੈਕਟ ਹੁੰਦਾ ਤਾਂ ਅੰਮ੍ਰਿਤਸਰ ਦੀ ਸੀਟ ਨਾ ਹਾਰਦੇ ਅੱਜ। ਜੇਟਲੀ ਸਾਹਿਬ ਵਰਗੇ ਜਿਹਨਾਂ ਨੂੰ ਪਤਾ ਸੀ ਵੀ ਨੰਬਰ 2 ਰਹਿਣਾ ਮਿਨਿਸਟਰੀ ਵਿੱਚ, ਵੀ ਉੱਥੇ ਵੀ ਪੰਜਾਬ ਦੇ ਲੋਕਾਂ ਨੇ ਹਰਾਤਾ ਸੀ ਅਤੇ ਆਪ ਨੂੰ 4 ਸੀਟਾਂ ਦਿੱਤੀਆਂ ਸੀ ਜਦੋਂ ਹਿੰਦੁਸਤਾਨ 'ਚ ਕਿਤੇ ਕੋਈ ਸੀਟ ਨਹੀਂ ਮਿਲੀ ਸੀ। ਸੋ ਪੰਜਾਬ ਦਾ ਵੋਟਰ ਨਾ, ਇਹਨੂੰ ਪ੍ਰਿਡਿਕਟ ਕਰਨਾ ਬਹੁਤ ਮੁਸ਼ਕਲ ਹੈ। ਬਾਕੀ ਆਈ ਜਾ ਰਿਹਾ ਰੁਝਾਨ, ਜੋ ਜੋ ਮੈਂਡੇਟ ਹੋਣਗੇ ਸਿਰ ਮੱਥੇ। ਠੀਕ ਹੈ, ਰੋਪੜ ਸਾਹਿਬ, ਪੰਜਾਬ 'ਚ ਤੁਹਾਨੂੰ ਚੰਗੀ ਖਬਰ ਹੈ ਪਰ ਮਿਸ਼ਨ 13 ਦਾ ਤੁਹਾਡਾ ਵੀ ਨਹੀਂ ਫਤਿਹ ਹੋ ਰਿਹਾ? ਨਹੀਂ, ਦੇਖੋ ਅਸੀਂ ਤਾਂ ਜੇ ਮਿਸ਼ਨ 13 ਦੇ ਨੇੜੇ ਤੇੜੇ ਹੀ ਹਾਂ, ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ। ਨੇੜੇ ਤੇੜੇ ਕਿੱਥੇ ਹੋ? 8 ਸੀਟਾਂ ਤੇ ਤੁਸੀਂ ਅੱਗੇ ਚੱਲਦੇ ਪਏ ਹੋ, 5 ਸੀਟਾਂ ਦੇ ਪਿੱਛੇ ਚੱਲਦੇ ਪਏ ਹੋ। ਤੁਸੀਂ ਮੇਰੀ ਇੱਕ ਗੱਲ ਸੁਣੋ ਨਾ, ਜੇ ਮਿਸ਼ਨ 13 ਦੀ ਅਸੀਂ ਗੱਲ ਲੈ ਕੇ ਚੱਲੇ ਸੀ ਤਾਂ ਅਪੋਜੀਸ਼ਨ ਨੂੰ ਭਾਜਣਾ ਵੀ ਪਈਆਂ। ਦੇਖੋ ਇਹ ਇੱਕ ਫਿਲਮੀ ਸਟਾਰ ਲੈ ਕੇ ਆ ਗਏ, ਇੱਕ IFS ਅਫਸਰ ਲੈ ਕੇ ਆ ਗਏ, ਇੱਕ IAS ਅਫਸਰ ਲੈ ਕੇ ਆ ਗਏ। ਇਹਨਾਂ ਕੋਲ ਤਾਂ BJP ਕੋਲ ਤਾਂ ਕੈਂਡੀਡੇਟ ਨਹੀਂ। ਫਿਲਮੀ ਸਟਾਰ ਨੇ ਤੁਹਾਡੇ ਪ੍ਰਧਾਨ ਸਾਹਿਬ ਪਿੱਛੇ ਕਰਤੇ ਆ। ਮੈਂ ਕਹਿੰਦਾ ਜੀ ਠੀਕ ਹੈ, ਗਲੈਮਰ ਕਰਕੇ ਜਿੱਤ ਗਿਆ। ਮੈਂ ਤਾਂ ਮੁਹੰਮਦ ਸਦੀਕ ਤੋਂ ਹੋਣਾ ਹੈ। ਨਹੀਂ, ਮੁਹੰਮਦ ਸਦੀਕ ਤਾਂ ਸਾਡਾ ਆਪਣਾ ਦਰੀਆਂ ਵਿਛਾਉਂਦਾ ਰਿਹਾ। ਬਾਕੀ ਪਰ ਮੈਂ ਗਿੱਲ ਸਾਹਿਬ ਤੁਹਾਡੀ ਗੱਲ 'ਚ ਬੋਲਿਆ ਨਹੀਂ ਸੀ, ਤੁਸੀਂ ਹੁਣ ਆਪਣੀ ਗੱਲ ਪੂਰੀ ਕਰ ਲਈ। ਜੇ ਮੈਨੂੰ ਕਰਨ ਦੇ ਦਿਓ ਮੈਨੂੰ ਚੰਗੀ ਗੱਲ ਹੈ, ਤੁਸੀਂ ਬੋਲੋ, ਮੈਂ ਚੁੱਪ ਕਰ ਜਾਣਾ। ਤੁਸੀਂ ਬੋਲੋ, ਚਲੋ ਬੋਲੋ। ਚਲੋ ਮੈਂ ਬੋਲ ਲੈਣਾ। ਜਿਹੜਾ ਇਹ ਆ ਵੀ ਜਿਹੜੀ ਤੁਸੀਂ ਸਨੀ ਦਿਓਲ ਵਾਲੀ ਗੱਲ ਕੀਤੀ ਹੈ, ਦੇਖੋ ਉਹ ਤੇ ਸੁਭਾਵਕ ਹੈ। ਹੁਣ ਕੱਲੀ ਗੱਲ ਤਾਂ ਤੁਹਾਡੀ, ਮੈਂ ਕੱਲੀ ਦਾ ਜਵਾਬ ਦਿਆ ਕਰੂੰਗਾ, ਬਾਕੀ ਡਿਬੇਟ ਨਹੀਂ ਚੱਲੂਗੀ। ਤੁਸੀਂ ਆਪੇ ਕਿਹਾ, ਤੁਸੀਂ ਨਹੀਂ, ਤੁਸੀਂ ਪਰ ਹੋਈ ਰਹੋ, ਮੈਂ ਚੁੱਪ ਕਰਕੇ ਕਰ ਲੈਣਾ। ਨਾਰਾਜ਼ ਕਿਉਂ ਹੋਈਏ ਨੇ? ਅੱਜ ਨਾ ਨਾਰਾਜ਼ ਹੋ, ਅੱਜ ਨਾ ਕਹਿ ਰਹੇ ਬੋਲੋ। ਮੈਂ ਤਾਂ ਇਹੀ ਕਹਿੰਦਾ, ਲੋਕਾਂ ਦਾ ਫੈਸਲਾ, ਵੋਟਰਾਂ ਦਾ ਫੈਸਲਾ ਕਬੂਲ ਕਰੋ, ਅੱਜ ਨਾ ਨਾਰਾਜ਼ ਹੋ। ਖੁਸ਼ ਹਾਂ ਜੀ, ਨਾਰਾਜ਼ ਹੁੰਦੇ ਮੌਕੇ ਪੂਰੇ ਦਊਂਗਾ ਮੈਂ, ਸਾਰਾ ਸਾਲ ਡਿਬੇਟ ਕਰਨੀ, ਮੈਂ ਚਿੰਤਾ ਕਰਦੇ ਹਾਂ ਪੂਰੇ ਮੌਕੇ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ, ਦੇਖੋ ਗੱਲ ਇਹ ਹੈ, ਸਭ ਤੋਂ ਪਹਿਲਾਂ ਗੱਲ ਤਾਂ ਇਹ ਹੈ ਕਿ ਵੀ ਇਹ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਫਤਵਾ ਮੰਨਣਾ ਸਾਡੀ ਉਹ ਹੈ, ਅਸੀਂ ਇਹਦੇ ਵਿੱਚ ਹੁਣ ਫੈਕਟਰ ਗਿਣੀਏ, ਫੈਕਟਰ ਬਹੁਤ ਸਾਰੇ ਹੁੰਦੇ ਨੇ ਇਹ ਤਾਂ ਵੀ। ਚਲੋ ਮੈਂ ਫੈਕਟਰ ਦੀ ਗੱਲ, ਇੱਕ ਫੈਕਟਰ ਦੀ ਗੱਲ ਕਰਨਾ, ਕੈਪਟਨ ਸਾਹਿਬ ਰਾਹੁਲ ਗਾਂਧੀ ਨਾਲੋਂ ਵੱਡੇ ਲੀਡਰ? ਨਹੀਂ, ਦੇਖੋ ਰਾਹੁਲ ਸਾਡੇ ਆਲ ਇੰਡੀਆ ਦੇ ਪ੍ਰਧਾਨ, ਪੰਜਾਬ ਦੇ ਵਿੱਚ ਨਾ ਮੋਦੀ ਸਾਹਿਬ ਚੱਲਦੇ ਪਏ ਨਾ ਰਾਹੁਲ ਗਾਂਧੀ ਚੱਲਦੇ ਪਏ। ਦੇਖੋ ਪੰਜਾਬ ਦੇ ਵਿੱਚ ਜਵਾਬ ਕੋਈ ਨਹੀਂ, ਦੋਨੋਂ ਡਿਪਲੋਮੈਟ ਨੇ।
ਇਹਨਾਂ ਨੇ ਵੀ ਇਹਨਾਂ ਦੇ ਆਪਦੇ ਚੈਨਲਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਤਾਂ ਪੰਜਾਬ ਦੇ ਕਿਸਾਨ ਮਾਰਤੇ ਇੱਥੇ, ਆਹ ਇੱਥੋਂ ਦੇ ਇਸ਼ੂ ਜਿੰਨੇ ਵੀ ਸੀ ਜਿਹੜੇ ਅਸੀਂ ਸੋਲਵ ਕੀਤੇ, 2 ਲੱਖ ਦਾ ਕਰਜ਼ਾ ਮਾਫ਼ ਕੀਤਾ ਲੋਕਾਂ ਨੇ, ਅੱਜ ਉਹਦਾ ਰਿਜ਼ਲਟ ਦਿੱਤਾ। ਜੇ ਅਸੀਂ ਨਸ਼ਿਆਂ ਦੇ ਨੱਥ ਪਾਈ ਆ, ਉਹਦਾ ਰਿਜ਼ਲਟ ਤਾਂ ਸਾਨੂੰ ਉਹਦਾ ਸਾਨੂੰ ਸਿਲਾ ਮਿਲਿਆ। ਇਸ ਕਰਕੇ ਇਹ ਗੱਲ ਨਹੀਂ, ਵਾਪਸ ਆਊਂਗਾ ਰੋਪੜ ਸਾਹਿਬ, ਵਾਪਸ ਆਊਂਗਾ। ਬਲਿੰਦਰ ਜੰਮੂ ਜੀ, ਹਾਂਜੀ, ਤੁਸੀਂ ਪੂਰਾ ਪੰਜਾਬ ਦਾ ਫੇਰੀ ਲਾ ਕੇ ਆਏ ਹੋ, ਇਸ ਫੇਰੀ ਦੇ ਵਿਚਾਲੇ ਤੁਹਾਨੂੰ ਇਉਂ ਨਹੀਂ ਲੱਗਿਆ ਕਿ ਪੰਜਾਬ ਜਿਹੜਾ ਪੂਰੇ ਦੇਸ਼ ਦਾ ਇੱਕ ਨਰੇਟਿਵ ਸੈੱਟ ਹੋ ਰਿਹਾ, ਉਸ ਨਰੇਟਿਵ ਨਾਲੋਂ ਪੰਜਾਬ ਵੱਖਰਾ ਚੱਲਦਾ ਪਿਆ, ਅਤੇ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਗਾ? ਨਹੀਂ, ਪੰਜਾਬ ਨੇ ਇਹੋ ਜਿਹਾ ਫਤਵਾ ਜਿਹੜਾ ਨਾ, ਪਹਿਲੀ ਵਾਰ ਨਹੀਂ, ਪਿਛਲੀਆਂ ਚੋਣਾਂ ਵੀ ਦੇਖ ਲਈਏ, ਉਹ ਤੋਂ ਪਿਛਲੀਆਂ ਵੀ ਦੇਖ ਲਈਏ, ਪੰਜਾਬ ਜਿਹੜਾ ਉਹ ਬਹੁਤੀ ਵਾਰੀ ਕੇਂਦਰ ਦੇ ਮੁਤਾਬਕ ਨਹੀਂ ਚੱਲਦਾ। ਪਰ ਇਸ ਵਾਰੀ ਜਿਹੜੇ ਹੈ ਮੁੱਦੇ ਜਿਹੜੇ ਪੰਜਾਬ ਦੇ ਵਿੱਚ ਵੱਖਰੇ ਸੀਗੇ। ਪੰਜਾਬ ਦੇ ਵਿੱਚ ਜਿਹੜੀ ਇਹ ਜਿੱਤ ਹੈ, ਇਸ ਜਿੱਤ ਨੂੰ ਸਾਨੂੰ ਵੱਖਰੇ ਉਹਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। ਇਹਨਾਂ ਚੋਣਾਂ ਦੇ ਵਿੱਚ ਬੇਅਦਬੀ ਦਾ ਮੁੱਦਾ ਜਿਹੜਾ ਉਹ ਕਾਫੀ ਭਾਰੂ ਰਿਹਾ, ਇਸ ਕਰਕੇ। ਅਤੇ ਦੂਜਾ, ਅਕਾਲੀ ਦਲ ਦੇ ਦੋ ਹਿੱਸੇ ਹੋਏ, ਮਤਲਬ ਇੱਕ ਹਿੱਸਾ ਟਕਸਾਲੀ ਜਿਹੜੇ ਆ ਅਕਾਲੀ, ਇਹਨਾਂ ਨੂੰ ਵੱਖਰੇ ਹੋ ਗਏ, ਇਸ ਕਰਕੇ ਮਾਝੇ ਦੇ ਵਿੱਚ ਇਹਨਾਂ ਨੂੰ ਇੱਕ ਸੱਟ ਪਈ। ਉਸ ਦੇ ਨਾਲ ਹੀ ਜਿਹੜੀ ਆਪ ਆ ਉਹ ਕਈ ਹਿੱਸਿਆਂ 'ਚ ਵੰਡੀ ਗਈ, ਉਹ ਵੀ ਇੱਕ ਜਿਹੜਾ ਇਹਨਾਂ ਨੂੰ ਮਤਲਬ ਨੁਕਸਾਨ ਜਿਹੜਾ ਵਿਰੋਧੀ ਧਿਰ ਨੂੰ ਹੋਇਆ। ਦੂਜਾ ਜਿਹੜਾ ਜਿਹੜੀ ਜਿੱਤ ਹੈ, ਜਿਹੜੀ ਫਿਰੋਜ਼ਪੁਰ ਦੀ ਜਿੱਤ ਹੈ, ਫਿਰੋਜ਼ਪੁਰ ਦੀ ਜਿੱਤ ਨੂੰ ਜਿਵੇਂ ਮਰਜ਼ੀ ਕਲੇਮ ਕਰਨ, ਪਰ ਹਕੀਕਤ ਇਹ ਹੈ ਕਿ ਕਾਂਗਰਸ ਦੇ ਇੱਕ ਹਿੱਸੇ ਨੇ ਇਹਨਾਂ ਦੀ ਕਾਫੀ ਮਦਦ ਕੀਤੀ ਹੈ, ਇਸ ਕਰਕੇ ਇਹਨਾਂ ਨੂੰ ਆਸਾਨ ਜਿਹੜੀ ਜਿੱਤ ਹੈ ਉਹ ਅੱਜ ਨਹੀਂ, ਜਦੋਂ ਚੋਣ ਸ਼ੁਰੂ ਹੋਈ ਸੀ ਉਸ ਸਮੇਂ ਇਹ ਗੱਲ ਹੋਣੀ ਸ਼ੁਰੂ ਹੋ ਗਈ ਸੀ ਵੀ ਜਿਹੜਾ ਫਿਰੋਜ਼ਪੁਰ ਹੈ ਉੱਥੇ ਜਿਸ ਤਰੀਕੇ ਨਾਲ ਚੋਣ ਲੜੀ ਜਾ ਰਹੀ ਹੈ, ਜਿਸ ਤਰੀਕੇ ਨਾਲ ਕਾਂਗਰਸ ਆਗੂ ਓਪਨਲੀ ਵਿਰੋਧ ਕਰ ਰਹੇ ਹੈ, ਅਲਟੀਮੇਟਲੀ ਜਿਹੜੀ ਜਿੱਤ ਹੈ ਸੁਖਬੀਰ ਹੋਣੀ ਆਸਾਨੀ ਨਾਲ ਜਿੱਤ ਹਾਸਲ ਕਰਨਗੇ। ਇਹਨਾਂ ਦਾ ਮਾਮਲਾ ਜਿਹੜਾ ਸਖ਼ਤ ਸੀਗਾ ਉਹ ਹੈਗਾ ਅਜੇ ਵੀ ਬਠਿੰਡੇ ਤੋਂ ਉੱਪਰ ਸਖ਼ਤ ਜਿਹੜਾ ਮਾਮਲਾ ਜਿਹੜਾ ਉਹ ਚੱਲ ਰਿਹਾ। ਉੱਥੇ ਅਜੇ ਵੀ ਨਹੀਂ ਕਿਹਾ ਜਾ ਸਕਦਾ ਪੱਕੇ ਨਾਲ ਵੀ ਇਹ ਹਰਸਿਮਰਤ ਬਾਦਲ ਜਿੱਤਣਗੇ ਜਾਂ ਵਿਰੋਧੀ ਧਿਰ ਜਿੱਤ ਜਾਏਗੀ, ਕਿਉਂਕਿ ਬਹੁਤ ਕਲੋਜ਼ ਮਾਰਜਨ ਹੋਰ ਘੱਟਦਾ ਪਿਆ। ਹਾਂਜੀ, ਦੂਜੇ ਜਿਹੜੇ ਦੋ ਹਲਕੇ ਆ, ਸੋਮ ਪ੍ਰਕਾਸ਼ ਹੋਣੀ ਹੁਸ਼ਿਆਰਪੁਰ ਤੋਂ ਅਤੇ ਜਿਹੜਾ ਸੰਨੀ ਦਿਓਲ ਜਿਹੜੇ ਆ ਉੱਥੋਂ ਗੁਰਦਾਸਪੁਰ ਤੋਂ। ਗੁਰਦਾਸਪੁਰ ਬਾਰੇ ਇਹ ਸੀਗਾ ਵੀ ਜਿਹੜੇ ਦੇਸ਼ ਦੇ ਵਿੱਚ ਜਿਹੜਾ ਟ੍ਰੈਂਡ ਆਇਆ, ਜਿਹੜਾ ਮੋਦੀ ਲਹਿਰ ਮਤਲਬ ਉਸ ਕਿਸਮ ਦੀ ਨਹੀਂ ਸੀਗੀ ਜਿਹੜੀ ਮਤਲਬ ਰਾਸ਼ਟਰਵਾਦ ਦੇ ਉੱਪਰ ਐਂਟੀ ਮੁਸਲਿਮ ਐਂਟੀ ਪਾਕਿਸਤਾਨ ਜੋ ਨੈਸ਼ਨ ਦੇ ਉੱਪਰ ਤੈਅ ਕੀਤੀ ਗਈ BJP ਵੱਲੋਂ ਮੋਦੀ ਵੱਲੋਂ, ਉਹਦਾ ਹਿੱਸਾ ਜਿਹੜਾ ਉਹਦਾ ਜਿਹੜਾ ਅਸਰ ਹੈ ਜਿਹੜਾ ਇਹ ਸਾਡੀ ਬਾਰਡਰ ਬੈਲਟ ਦੇ ਉੱਪਰ ਜ਼ਰੂਰ ਉੱਥੇ ਦੇਖਣ ਨੂੰ ਮਿਲਿਆ ਵੀ ਇਹ ਜਿਹੜਾ ਪਹਾੜੀ ਹਿੱਸਾ ਹੈ ਇਹ ਇਸ ਤਰੀਕੇ ਨਾਲ ਵੋਟਾਂ ਪਾਏਗਾ, ਜਿਹੜਾ ਫਾਇਦਾ ਜਿਹੜਾ ਉਹ ਇਹਨਾਂ ਨੂੰ ਜਿਹੜਾ BJP ਦੇ ਉਮੀਦਵਾਰਾਂ ਨੂੰ ਹੋਏਗਾ, ਅਤੇ ਉਸੇ ਤਰੀਕੇ ਨਾਲ ਜਿਹੜਾ ਨਤੀਜੇ ਜਿਹੜੇ ਉਸੇ ਹੀ ਸ਼ੇਪ 'ਚ ਆਉਂਦੇ। 8-5 ਦਾ ਸਾਡਾ ਇਹ ਸੀਗਾ, ਇੱਕ ਜਿਹੜੀ ਐਕਸੈਪਸ਼ਨ ਅਸੀਂ ਦੇਖਦੇ ਵੀ ਭਗਵੰਤ ਮਾਨ ਜਿਹੜਾ ਉਹ ਜਿੱਤੇਗਾ। ਸਾਰਿਆਂ ਨੇ ਮੇਰਾ ਖਿਆਲ ਜਿਹੜੇ ਵੀ ਉੱਥੇ ਜਾ ਕੇ ਆਏ, ਅਸੀਂ ਖੁਦ ਜਾ ਕੇ ਆਏ, ਉੱਥੇ ਇਹ ਲੱਗਦਾ ਸੀ ਵੀ ਭਗਵੰਤ ਮਾਨ ਜਿਹੜਾ ਜਿਹੜੇ ਇਸ਼ੂ ਜਿਸ ਤਰੀਕੇ ਨਾਲ ਉਹਨੇ ਕੰਮ ਕੀਤਾ, ਜਿਸ ਤਰੀਕੇ ਨਾਲ ਉਹਨੇ ਪਾਰਲੀਮੈਂਟ ਦੇ ਵਿੱਚ ਮਾਮਲੇ ਉਠਾਏ, ਇਸ ਕਰਕੇ ਭਗਵੰਤ ਮਾਨ ਦਾ ਉੱਥੇ ਦੋਨੇ ਤਰ੍ਹਾਂ ਕੋਈ ਬਦਲ ਨਹੀਂ ਸੀ ਬਣ ਰਹੀਆਂ। ਇਸ ਤਰੀਕੇ ਨਾਲ ਇਹ ਜਿਹੜੀਆਂ ਜਿੰਨਾ ਕੁ ਅਸੀਂ ਆਸ ਕਰਦੇ ਸੀਗੇ ਉਸ ਤਰੀਕੇ ਨਾਲ ਇਹ ਨਤੀਜੇ ਆ ਰਹੇ। ਸਾਡਾ ਇਹ ਸੀ ਵੀ 8-4 ਵੀ ਹੋ ਸਕਦਾ, ਇਹ 9-8-5 ਵੀ ਹੋ ਸਕਦਾ, ਇਹ 9-3-9-4 ਵੀ ਹੋ ਸਕਦਾ। ਅਲਟੀਮੇਟਲੀ ਉਸੇ ਤਰੀਕੇ ਨਾਲ ਨਤੀਜੇ ਜਿਹੜੇ ਉਹ ਆ ਰਹੇ ਹੈ। ਠੀਕ, ਸਤਿੰਦਰ ਗਿੱਲ, ਇਹ ਤੁਹਾਡੇ ਲਈ LOP ਦਾ ਉਹਦਾ ਵੀ ਫਿਰ ਕਲੀਅਰ ਹੁੰਦਾ ਜਾ ਰਿਹਾ ਹੁਣ ਹੌਲੀ ਹੌਲੀ ਵਿਧਾਨ ਸਭਾ? ਉਹ ਤਾਂ ਬਾਈ ਇਲੈਕਸ਼ਨ ਆ ਹੀ ਗਈਆਂ ਜੀ ਇਹਨਾਂ ਦੀ ਕਾਫੀ, ਬਾਕੀ ਸਾਨੂੰ LOP ਦਾ ਕੋਈ ਲਾਲਚ ਨਹੀਂ ਹੈਗਾ। ਮੇਨ ਇਹ ਹੁੰਦਾ ਵੀ ਤੁਸੀਂ ਲੋਕਾਂ ਦੇ ਮੁੱਦੇ ਕਿਵੇਂ ਚੁੱਕਦੇ ਹੋ, ਅਤੇ ਉਹ ਮੁੱਦੇ ਚੁੱਕਣ ਤੋਂ ਬਾਅਦ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਮੈਂਡੇਟ ਕਿਸ ਹਿਸਾਬ ਦਾ ਮਿਲਦਾ। ਠੀਕ ਹੈ ਵੀ ਜੋ ਸੈਂਟਰ ਮਿਨਿਸਟਰ ਰਹਿਣ ਦੇ ਬਾਵਜੂਦ ਤੁਹਾਡੀ ਆਗੂ 8,035 ਵੋਟਾਂ ਦੀ ਲੀਡ 'ਤੇ ਹੈ, ਜਿਹੜਾ ਡਾਈਸੀ ਲੱਗ ਰਹੀ ਹੈ ਸਿਚੁਏਸ਼ਨ, ਤੁਸੀਂ ਲੋਕਾਂ ਦੇ ਮੁੱਦੇ ਵਾਕਈ ਚੱਕੇ ਵੀ ਹੈ ਕਿ ਨਹੀਂ? ਕੰਸਟੀਟੂਐਂਸੀ ਵਾਈਜ਼ ਹੁੰਦਾ, ਕੋਈ ਕੰਸਟੀਟੂਐਂਸੀ ਜਿੱਥੇ ਕਾਂਗਰਸ ਅੱਗੇ ਹੋ ਮਸ਼ੀਨਾਂ ਪਹਿਲਾਂ ਆ ਜਾਂਦੀਆਂ ਫਿਰ ਕੁਛ ਆ ਜਾਂਦੀਆਂ, ਜਿਹੜੀ ਕੰਸਟੀਟੂਐਂਸੀ ਹੋਵੇ ਉਸ ਸੀਟ 'ਤੇ ਤਾਂ ਕਿਤੇ ਨਾ ਕਿਤੇ ਲੱਗਣਾ ਚਾਹੀਦਾ। ਲੜਾਈ ਲੜਾਈ ਹੁੰਦੀ ਜੀ, ਲੜਾਈ ਵੇਲੇ ਸਭ ਯੋਧੇ ਹੁੰਦੇ ਨੇ, ਲੜਾਈ ਵੇਲੇ ਕੋਈ ਨਹੀਂ ਕਿਹਾ ਜਾਂਦਾ ਵੱਡਾ ਯੋਧਾ ਜਾਂ ਛੋਟਾ ਯੋਧਾ, ਯੋਧੇ ਹੀ ਹੁੰਦੇ ਨੇ। ਲੜਾਈ ਹਾਰ ਜਿੱਤ ਨਾਲ ਫੈਸਲੇ ਹੁੰਦੇ ਆ, ਠੀਕ ਆ, ਉਹ ਆ ਜਾਣਾ ਫੈਸਲਾ। ਮੈਂ ਗੱਲ ਕਰ ਰਿਹਾ ਸੀ ਵੀ ਲੋਕਾਂ ਦੇ ਇਸ਼ੂਜ਼ ਚੁੱਕਣੇ, ਫਿਰ ਲੋਕਾਂ ਦੀ ਕਚਹਿਰੀ 'ਚ ਜਾਣਾ ਅਤੇ ਵੋਟਾਂ ਦੇ ਰੂਪ ਵਿੱਚ ਮੈਂਡੇਟ ਲੈਣਾ। ਠੀਕ ਹੈ ਸਤਿੰਦਰ, ਇਹ ਸਾਬਤ ਵਾਪਸ ਆਉਂਗਾ ਤੁਹਾਡਾ। ਗਰਮੀਤ ਸਿੰਘ ਕੋਈ LOP ਦੇ ਕਾਬਲ ਲੋਕ ਨਹੀਂ ਕਾਬਲ, ਮੈਂ ਆ ਰਿਹਾ ਵਾਪਸ। ਗਰਮੀਤ ਸਿੰਘ ਜੀ, ਪੰਜਾਬ ਅਤੇ ਹਰਿਆਣਾ ਤੋਂ ਤੁਹਾਨੂੰ ਨਾਲ ਲੱਗਦੇ ਆ, ਰਾਜ ਤਾਂ ਨਹੀਂ ਇੱਕ ਹੈਗੀ ਆ, ਪੰਜਾਬ ਅਤੇ ਹਰਿਆਣਾ ਦੀ ਇੱਕ ਪੋਲੀਟੀਕਲ ਸਥਿਤੀ ਜਿਹੜੀ ਹੈਗੀ ਆ ਉਹਦੇ ਵਿੱਚ ਇੰਨਾ ਫਰਕ ਕਿਉਂ? ਦੇਖੋ ਜੀ, ਪੰਜਾਬ ਕੇ ਬਾਰੇ ਮੇਂ ਜੋ ਅਭੀ ਬਾਤ ਚੱਲ ਰਹੀ ਥੀ, ਅਭੀ ਮੈਂ ਕਿਸੀ ਚੈਨਲ ਪੇ ਥਾ ਤੋ ਆਫ ਰਿਕਾਰਡ ਜੋ BJP ਵਾਲੇ ਬਾਤ ਕਰ ਰਹੇ, ਔਰ ਸ਼ਾਇਦ ਗਿੱਲ ਸਾਹਿਬ ਕੋ ਸੋਚਣਾ ਪੜੇਗਾ ਇਸ ਬਾਤ ਪੇ ਆਗੇ ਦੇਰ ਸਵੇਰ,
कि वो तो ये कह रहे हैं कि जी पंजाब में लोग तकड़ी को देख के वो ढूंढ रहे थे कि कमल कहाँ है, मतलब वो ये कह रहे थे कि भाई अगर बीजेपी 3 सीटों पे लड़के 2 सीट पे जीत रही है तो जो बीजेपी की सक्सेस रेट है वो इनडायरेक्टली देवर सेइंग कि भाई अगर अकाली दल क्योंकि 10 सीटों पे लड़ता है तो पंजाब में जो मोदी वेव नहीं चल रही उसका रीज़न ये है कि हम वहाँ लड़ ही नहीं रहे थे, ऐसा वो कह रहे हैं। ऑल्दो आपके बड़े पक्के एलाई हैं और भगवान करे आगे भी रहें एलाई, और एक मंत्री पद तो मिलना ही है तो सुखबीर जी चुनाव जीत रहे तो लेकिन अमरिंदर सिंह को जो क्रेडिट जाता है पंजाब में वो इज्जत बचाने का थोड़ा सा इसलिए ज़्यादा जाता है कि एमपी और राजस्थान दोनों में भी कांग्रेस की गवर्नमेंट है, और स्टेट में हमेशा ये बात कही जाती है कि जो लोग हैं उनको काम स्टेट गवर्नमेंट से भी पड़ता है तो स्टेट गवर्नमेंट की भी एक से रहती है चाहे वेव किधर भी चली हो। तो मुझे ऐसा लगता है कि उस लिहाज से जब एमपी और राजस्थान जहां अभी अभी सरकार बनी है और वहां पूरा कांग्रेस साफ हो गई है और अगर पंजाब में रिटेन कर रही है तो उसका तो क्रेडिट अमरिंदर सिंह जी को जाएगा, लेकिन ओवरऑल पंजाब में जैसे 2014 में भी जो रिजल्ट गया था और अब भी जो गया है, मुझे मेरे पर्सनली फीलिंग ये भी है कि अकाली दल के चाहे अगुवा जीत रहे हो लेकिन ओवरऑल अकाली दल से जो एक नाराजगी 10 साल के रूल की रही है वो अभी भी कहीं ना कहीं फैक्टर है। इंस्टेड ऑफ ये अगर हम कहें कि जी नहीं चल रही मोदी वेब बिल्कुल, अगर वो बिल्कुल नहीं चल रही तो केवल सनी देओल जो है वो अपने फिल्म के ग्लैमर के दम पे मुझे नहीं लगता कि वो जीत रहे, उसमें कहीं ना कहीं रोल उसका है क्योंकि जो पंजाब कांग्रेस के प्रधान है वो खुद वहां पर हार रहे हैं तो वो एक बड़ा सेटबैक है। इसी तरह से जो और जगहों पर अगर आप बात करोगे, अभी हम थोड़ी देर पहले ही बात कर रहे थे कि मनीष तिवारी चंडीगढ़ में सीट चाहते थे और उनको आनंदपुर साहब मिल गई और वो उनकी फर्स्ट प्रेफरेंस चंडीगढ़ थी, चंडीगढ़ में रिजल्ट उल्टा आ रहा है कांग्रेस के। तो पंजाब में कहीं ना कहीं हमें इस चीज का भी जो इक्वेशन है एलाइज की, हालांकि जैसे मैंने कहा कि बादल साहब सबसे आगे हैं एलाइज में और वो अगर आप देखोगे चाहे बनारस हो चाहे अभी पिछले दिनों जो मीटिंग हुई है मोदी साहब के बिल्कुल साथ सीनियोरिटी के उनको पूरी इज्जत भी दी जाती है, पर ओवरऑल लॉन्ग रन में ये बात भी सोचनी पड़ेगी पंजाब में, ये एक मेजर बात है। और आप जो हरियाणा की बात कह रहे हो, हरियाणा में जींद के बाई इलेक्शन के बाद से ये बात बड़ी प्रोमिनेंटली आने लगी थी कि हरियाणा में बीजेपी जो है वो अच्छा कर जाएगी क्योंकि कांग्रेस के जितने बड़े नेता हैं शैलजा आ रही है, आप देखो हुड्डा साहब आ रहे हैं और अशोक तंवर, तीनों जो लेता है जिनको एक बस पर बिठाने की कोशिश की गई थी, तो हरियाणा में तो बहुत बड़ा सेटबैक इसलिए भी है क्योंकि पंजाब में तो अभी इलेक्शन दूर है। अगर आज अकाली दल को लगता है कि हम एक ही सीट जीत पाते हैं एंड में या 2 जीतते हैं तो उनके लिए अभी उतना चैलेंज नहीं है। हरियाणा में तो अक्टूबर का चुनाव समझो आया खड़ा है, तो अगर ये नतीजे रिफ्लेक्ट हो गए तो कांग्रेस के लिए बहुत बड़ी संकट हो सकती है और तीनों नेता हार जाए। गुरमीत जी एक सवाल हो रहा है हरियाणा दे रिगार्डिंग जो आप गल कर रहे हैं, इस इलेक्शन ने एक नैरेटिव ये भी सेट किया है कि मेन मुकाबला जड़ा है दो में नेशनल पार्टियां दे विचारे रह गया हरियाणा दे विच, हरियाणा में जो आईएनएलडी टूटी है जी आईएनएलडी खत्म है, जेजेपी तो एक्सपेक्टेशन सी कि शायद एक सीट तो वो कुछ कर जाएंगे, उत्थे भी दुष्यंत चौटाला बहुत पीछे चल गए, उनके लिए बहुत बड़ा चैलेंज है क्योंकि उनका जो टूटने के बाद से उनका जो आसार चल रहे हैं वो नेचुरली ये चल रहे हैं कि वो राजनीति से, वैसे तो देखो राजनीति में कभी आप कुछ कह नहीं सकते, आज मोदी जी कितनी बल्ले बल्ले है, जो भी घड़ी ऊपर जाती है सुई हम लोग हमेशा ही कहते हैं वो नीचे भी आती है कभी ना कभी, है ना, वो कितनी देर में आती है वो अलग बात। तो आप किसी भी पार्टी को हम टोटली हम कहें कि जी उसको हम राइट ऑफ ही कर दें वो नहीं है, बट हाँ आज के हालात में मुझे नहीं लग रहा कि जेजेपी या आईएनएलडी अगले इलेक्शन में जो अक्टूबर में होना है या हो सकता है उससे पहले ही हो जाए उसमें कोई अपनी बहुत बड़ी प्रेजेंस रख पाएगी। ऑल्दो असेंबली इलेक्शन अलग होते हैं। मैं थोड़ा एक ऐड ऑन करना चाहते गुरमीत जी, जो हरियाणा के चौटाला परिवार हैगा तो इतने बादल परिवार हैगा, इन्हों की सांझ भी आपस में रही है, परिवारक सांझ भी हैगी है, जो हरियाणा के चौटाला परिवार का हाल है बादल परिवार का वह जहा हाल तो नहीं है। बिल्कुल नहीं है क्योंकि बादल साहब का देखो मैं आपको बता रहा हूँ, हमने उस समय मैं कवर भी करता था राजनीति जब मोदी जी इंचार्ज थे हरियाणा में, जो चौटाला साहब के साथ उनकी इक्वेशन थी वो बहुत अच्छी नहीं थी जब वो इंचार्ज थे क्योंकि मोदी साहब ये 2000 की बात कर रहा हूँ मैं, 2000 के इलेक्शन की हम लोगों की खुद बातचीत होती थी, उस समय चौटाला साहब और मोदी जी की जो आपस में इक्वेशन थी वो अच्छी नहीं थी। पंजाब में डिस्पाइट ऑल बार बार ये बात आने के, जैसे आज भी मैं कह रहा हूँ कि बीजेपी के लोग ऑफ रिकॉर्ड ये बातें करते हैं, लेकिन उसके बावजूद शुरू से अगर हम इवन शिवसेना की बात करें पुराने एलाइज में, वैसे ही बादल साहब शुरू से एलाई है, आपने देखा होगा बनारस में मोदी जी ने पांव भी हाथ लगाए, बट हमें इसके साथ साथ ये भी ध्यान रखना होगा कि मोदी जी की जो राजनीति है वो किसी को भी बहुत ज़्यादा देने की उसमें विश्वास नहीं करते। अगर एलाई आप देखो हरसिमरत जी को भी जो पोर्टफोलियो दिया था चाहे कैबिनेट मिनिस्टर थी वो कोई ऐसा नहीं था कि वो बहुत से वाला पोर्टफोलियो, और आगे भी मुझे नहीं लगता कि अगर वो सुखबीर सिंह बादल जी को मंत्री बनने के तो पूरे चांसेस हैं, लेकिन असली बात होती है पोर्टफोलियो। 2014 में भी आपने देखा होगा, मैं बता रहा हूँ 2014 में भी आपने देखा होगा मोदी जी ने कई कैबिनेट मिनिस्टर बना के रखे, कलराज मिश्रा जैसे और अपनी पार्टी के भी दूसरे, और उनको जो पोर्टफोलियो दिए वो बिल्कुल ही हल्के दिए, और कई मिनिस्टर बनाए, स्टेट मिनिस्टर बनाए,
निर्मला सीतारमन को कॉमर्स का इंडिपेंडेंट चार्ज दिया, अगर आपको याद हो। धर्मेंद्र प्रधान जो उनकी अपनी टीम है, मोदी जी की राजनीति बिल्कुल क्लियर है, उनको कोई लिहाज नहीं है किसी तरह का, उन्होंने अपनी टीम बनानी है, अपनी शर्तों पे वो चलाते हैं। बहुत अहम है बलविंदर जम्मू जी, बादल परिवार के लिए हुण स्थिति किहो जी होगी नतीजे तो बाद? बादल परिवार की स्थिति जी है ना, देखो पंजाब दे विच सदा ही जी है तीजी धिर एक स्पेस रही है, इस वेले भी हैगी तो अगे भी रहेगी। सिचुएशन ये हैगा भी जी तीजी धिर जिमें आप मौका मिलया सीगा, आप बुरी तरह वंडी गई इन्हां चोणां तो बाद को पंजाब दे विच तीजा बदल बनेगा या नहीं बनेगा, ये एक वड्डा क्वेश्चन पंजाब दे विच खड़ा रहेगा। अदरवाइज अकाली दल ते कांग्रेस इन्हां दीयां नीतियां दे विच थोड़ा बड़ा फर्क है, बहुत वड्डा फर्क नहीं हैगा, जिहड़ा कि जिहड़े दावे किए जा रहे वो इवें नहीं गए। हुण पंजाब दे विच ये कहा जा रहा भी बहुत कुछ लागू कर दिता गया, जदों असीं हालत देखते हाँ मतलब नौ माफिए पंजाब कैप्टन सरकार ने गणाए सीगे इन्हां नूं असीं खत्म करांगे, पंजाब दे विच जिहड़े गैंगस्टर सीगे उन्हां नूं खत्म करन तों अलावा बाकी बहुत कुछ तब्दीली नहीं हुई। नशा मतलब तुसीं देखिया होना जदों कोड ऑफ कंडक्ट लगा उस तो बाद किड्डे वड्डे पद्धर ते नशा फड़िया गया, ये तो नशे वाली भी जिहड़ी लक तोड़न की गल सी उहदे उपर भी सवाल लिया निशान लग गया। एक दिन जदों चोणां शुरू होणियां सीगियां कैप्टन साहब नूं इह सवाल पुछे गए भी तुसीं आ नौ माफिए गणाए सीगे इन्हां जो किहड़ा खत्म कीता, ट्रांसपोर्ट वाला भी उवें आ, जिहड़ा जिहड़ा केबल माफिया उहदी भी गल उवें आ, मतलब रेता बजरी वाला भी उवें आ, मतलब माफिए किहड़े खत्म किते तुसीं नारा लाया, मतलब भ्रिष्टाचार भी उवें आ, ये नारियां दी नारेबाजी दी गल है। तीजी धिर लई स्पेस है पंजाब, बिल्कुल पंजाब दे विच तीजी धिर दी स्पेस हैगी आ, तीजी धिर दी स्पेस रहेगी, ये वक्री गल है कि तीजी धिर बनाउण वाले जिहड़े पहले टुट जाण जां आपस दे विच इस तरीके नाल वंडे जाण, पर एक गल मैं जिहड़ी अकाली दल बारे तुसीं पुछी है उहदे बारे जरूर कहना चाहांगा कि बेअदबी दा इशू जिहड़ा वो अगे नू भी ये रहेगा, जिवें कांग्रेस पार्टी तो 84 नहीं लगता इन्हां नू बेअबदी दा आला इशू जिहड़ा वो लाउणा बड़ा। चलो मैं इस ते वापस आऊँगा, ये बहुत वड्डा सवाल है, इस ते वापस आऊँगा, पर कुछ बयान भी आ गए आ जिहड़े आगू अगे चल रहे हैगे आ, जिहड़े आगू पिछे चल रहे आ उन्हां दे बयान की कहिंदे हैगे आ वो भी तुहानू नाल नाल सुना दईए। इस वक्त मैं धूरी जिहड़ा देशभक्त कॉलेज बर्डवाल धूरी उत्थे काउंटिंग सेंटर बनया होया उत्थे खड़ा, मैं 5 राउंड कंप्लीट हो गए, 9 राउंड हजे बाकी ने, तुहाडे आशीर्वाद सदका और नौजवानों की बजुर्गों की मावां की भैणां की जिहड़ी मेहनत है, बच्चों का भी प्यार जिहड़ा मिलिया, हुण तक 46,000 तो उपर की लीड होगी, तो 9 राउंड हजे होर पए ने, जिस तरह मैं कहिंदा सी पहलां नालों वध मजबूत होकर पार्लीमेंट जावांगे वो बिल्कुल सही साबित होगा, बहुत भारी गिनती वोटां पै रहियां ने। और एक होर नवीं गल हो रही है कि 9 दे 9 हल्के लीड कर रहे हैं, पिछली बार लहरा असी नहीं लीड किया, इस बार लहरा भी लीड कर रहे हैं, सो 9 दे 9 हल्कों लीड हो रही है, तो मैं तुहानू अपडेट करता रहूँगा जो अगले राउंड। देखो मानसा ये सीट जितने बड़े बड़े मार्जन जितने, हजे सिर्फ शुरुआती रुझान ने गए, लगभग 26 तो 30 हज़ार का जरा हजे मार्जन हो रहा है, बद के 1-2 लाख पहुँचूगा, हजे वेट करो 2:30-3 बजे तक रिजल्ट आऊगा उ तक आप वेट कर देंगे, पर लेकिन मानसा बड़ी कंफर्टेबल जी जित प्राप्त कर रहे हैं। देखो पंजाब होर सीटों के पिछले चल रहे मनना बिल्कुल सच है तुहाडी गल, पर लेकिन संगरूर साडी जी नर्सरी है जितों असी आम आदमी पार्टी शुरुआत होंगी है असी उत्थे जित रहे हैं, और जी होर सीटों की गल है ये बारे बाद बैठ के समीक्षा करांगे उस तो बाद कमेंट करांगे। सेंटर दे विच किस तरह कहोगे जी? सेंटर दे विच थर्ड फ्रंट की सरकार बनेगी, ना बीजेपी की बने ना कांग्रेस पार्टी की बने। बहुत वधिया जिहड़े पहले रुझान आए ने सारे ही मतलब वड्डी लीड ना सारे तकरीबन असीं गेट जितते हैं, और इहदे तों इह संकेत मिलदे ने कि वड्डे मार्जन दे नाल इह सीट असीं जित्तांगे, और जिहड़ी पब्लिक ने विश्वास कीता है और मोर लाई है किते कम्मां दे, मैं उहनां दा धन्नवाद करदा हां, प्रशासन दा धन्नवाद करदा हां, सीनियर लीडरशिप दा, वर्कर साहिबान दा जिन्हां ने ये बड़ी वड्डी मेहनत दे नाल इत्थों तक लै के गए ने कम्मां नूं, और यही कहांगा कि परमात्मा ने मेहर कीती है और अगे तो वध शक्ति दे नाल कम्म गुरु नगरी वास्ते जरूर करांगे। सारे कारण ने सुमेल सारे गल्लां दा ही है कि जिवें किते कम्मां की गल भी कर सकते हैं, लीडर साहबान की मेहनत की गल कर सकते, कैप्टन सरकार दी सफलता की गल कर सकते हैं, और जिदा हुण तुसीं बाहरी उम्मीदवार की भी गल करते हो वह भी विच इक कारण हैगा, सो काफ़ी कारण रल के जिहड़ी सीट है वह जीती गई है।
ਕਈ ਖੁਸ਼ ਹੈਗੇ ਆ ਜਿਹੜੇ ਅੱਗੇ ਚੱਲ ਰਹੇ ਹੈਗੇ ਆ, ਜਿਹੜੇ ਪਿੱਛੇ ਚੱਲ ਰਹੇ ਉਹਨਾਂ ਦੇ ਲਈ ਨਿਰਾਸ਼ਾ ਵੀ ਹੋਵੇਗੀ, ਪਰ ਬਹੁਤ ਸਾਰੇ ਸਵਾਲ ਬਾਕੀ ਹੈਗੇ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਆਮ ਆਦਮੀ ਪਾਰਟੀ ਦਾ ਬਣੇਗਾ ਕਿ ਪੰਜਾਬ ਵਿੱਚ ਵੀ ਖੜੀ ਸੀ, ਹਰਿਆਣਾ ਵਿੱਚ ਵੀ ਖੜੀ ਸੀ, ਹਰਿਆਣਾ ਵਿੱਚ ਗੱਠਜੋੜ ਵੀ ਕੀਤਾ ਸੀਗਾ, ਪੰਜਾਬ ਵਿੱਚ ਗੱਠਜੋੜ ਲਈ ਲੇਲੜੀਆਂ ਵੀ ਕੱਢੀਆਂ ਸੀ, ਉਸ ਦੇ ਬਾਵਜੂਦ ਇੱਕ ਸੀਟ ਆ ਰਹੀ ਹੈ। ਆਮ ਆਦਮੀ ਪਾਰਟੀ ਦਾ ਭਵਿੱਖ ਹੈ ਜਾਂ ਨਹੀਂ, ਦਿੱਲੀ ਵਿੱਚ 7 ਸੀਟਾਂ 'ਤੇ ਪਿੱਛੇ ਹੈ, ਬ੍ਰੇਕ ਤੋਂ ਵਾਪਸ ਆ ਕੇ ਇਸ ਬਾਰੇ ਸਵਾਲ ਹੋਣਗੇ ਜੋ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਬ੍ਰੇਕ ਵਿੱਚ ਵੀ ਕੁਝ ਗੱਲਾਂ ਕਰਦੇ ਰਹਿੰਦੇ ਹਾਂ। ਜੰਮੂ ਸਾਹਿਬ, ਤੁਸੀਂ ਆਮ ਆਦਮੀ ਪਾਰਟੀ ਬਾਰੇ ਜ਼ਿਕਰ ਕਰਦੇ ਪਏ ਹੋ, ਬ੍ਰੇਕ ਤੋਂ ਪਹਿਲਾਂ ਇੱਕ ਸਵਾਲ ਛੱਡ ਕੇ ਗਿਆ ਸੀਗਾ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਇਹਨਾਂ ਨੇ ਚੋਣਾਂ ਲੜੀਆਂ ਸੀ ਪਿਛਲੀ ਵਾਰ, 4 ਸੀਟਾਂ ਪੰਜਾਬ ਨੇ ਦਿੱਤੀਆਂ ਸੀਗੀਆਂ। ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਕੁਛ ਨਹੀਂ ਮਿਲ ਰਿਹਾ, ਹਰਿਆਣੇ ਵਿੱਚ ਕੁਛ ਨਹੀਂ ਮਿਲ ਰਿਹਾ, ਅਤੇ ਪੰਜਾਬ ਵਿੱਚ ਇੱਕ ਸੀਟ ਮਿਲ ਰਹੀ ਹੈ। ਜੰਮੂ ਸਾਹਿਬ, ਆਮ ਆਦਮੀ ਪਾਰਟੀ ਜਿਹੜੀ ਤੁਸੀਂ ਜਿੱਥੇ ਗੱਲ ਜਾ ਕੇ ਜਿੱਥੇ ਰੋਕੀ ਸੀਗੀ, ਇੱਕ ਤੀਜੀ ਧਿਰ ਲਈ ਪੰਜਾਬ ਵਿੱਚ ਸਪੇਸ ਹੈਗੀ ਹੈ, ਸਪੇਸ ਆਮ ਆਦਮੀ ਪਾਰਟੀ ਨੇ ਫਿਲ ਕਰਨੀ ਸੀ, ਆਮ ਆਦਮੀ ਪਾਰਟੀ ਆਊਟ ਹੋ ਰਹੀ ਹੈ, ਸਿਰਫ ਭਗਵੰਤ ਮਾਨ ਸੰਗਰੂਰ ਤੱਕ ਸੀਮਤ ਹੋ ਕੇ ਰਹਿ ਗਈ ਪਾਰਟੀ। ਦੇਖੋ, ਆਮ ਆਦਮੀ ਪਾਰਟੀ ਨੂੰ ਪਿਛਲੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੇਸ਼ ਦੇ ਵਿੱਚ ਕਿਸੇ ਥਾਂ 'ਤੇ ਨਹੀਂ, ਦਿੱਲੀ ਜਿੱਥੇ ਇਹਨਾਂ ਨੇ ਸਰਕਾਰ ਬਣਾਈ ਉੱਥੇ ਵੀ ਕੋਈ ਸੀਟ ਨਹੀਂ ਸੀ ਆਈ, ਪੰਜਾਬ 'ਚੋਂ 4 ਸੀਟਾਂ ਆਈਆਂ ਸੀਗੀਆਂ। ਪੰਜਾਬ ਜਿਹੜਾ ਇੱਕ ਤੀਜੇ ਧਿਰ ਦੀ, ਜਿੱਥੇ ਮੈਂ ਪਹਿਲਾਂ ਵੀ ਗੱਲ ਕੀਤੀ, ਉਹਦੇ ਲਈ ਇੱਥੇ ਸਪੇਸ ਹੈਗੀ ਹੈ। ਇਹ ਆਮ ਆਦਮੀ ਪਾਰਟੀ 'ਤੇ ਸੀ, ਇਹਨਾਂ ਦੀ ਲੀਡਰਸ਼ਿਪ 'ਚ ਐਸਾ ਰੱਫੜ ਪਿਆ ਕਿ ਇੱਕ ਪਾਸੇ ਖਹਿਰਾ ਸਾਹਿਬ ਸੀਗੇ, ਦੂਜੇ ਪਾਸੇ ਮਾਨ ਸਾਹਿਬ ਸੀਗੇ, ਉਹ ਲੜਾਈ ਐਸੇ ਢੰਗ ਨਾਲ ਵਧੀ ਅੱਗੇ ਕਿ ਉਹ ਦੋ ਹਿੱਸੇ ਹੋ ਗਈ ਪਾਰਟੀ। ਦੋ ਹਿੱਸੇ ਤੋਂ ਫਿਰ ਡਾਕਟਰ ਗਾਂਧੀ ਨੇ ਆਪਣੀ ਪਾਰਟੀ ਬਣਾ ਲਈ, ਜਿਹੜੇ ਆਪਣੇ ਉੱਧਰ ਗੁਰਦਾਸਪੁਰ ਤੋਂ ਸੀਗੇ ਉਹਨਾਂ ਨੇ ਆਪਣੀ, ਸੁੱਚਾ ਸਿੰਘ ਛੋਟੇਪੁਰ, ਉਹਨਾਂ ਨੇ ਆਪਣੀ ਪਾਰਟੀ ਬਣਾ ਲਈ। ਇਸ ਕਰਕੇ 4-5 ਪਾਰਟੀਆਂ ਬਣ ਗਈਆਂ। ਅੱਜ ਵੀ ਜੇ ਆਮ ਆਦਮੀ ਪਾਰਟੀ ਯੂਨਾਈਟਿਡ ਹੁੰਦੀ ਤਾਂ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਅੱਧੀਆਂ ਸੀਟਾਂ ਲਿਜਾ ਸਕਦੀ ਸੀਗੀ। ਉਸੇ ਤਰੀਕੇ ਨਾਲ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਪਦੇ ਵਿੱਚ ਬਖਰਾਅ ਸ਼ੁਰੂ ਹੋਇਆ, ਟੁੱਟ ਭੱਜ ਸ਼ੁਰੂ ਹੋ ਗਈ ਸੀਗੀ। ਛੋਟਾ ਸਿੰਘ ਛੋਟੇਪੁਰ ਨੂੰ ਇਹਨਾਂ ਨੇ ਬਾਹਰ ਕਰਤਾ ਸੀਗਾ, ਮਾਝੇ ਦੇ ਵਿੱਚ ਇਹਨਾਂ ਦਾ ਕੋਈ ਬੇਸ ਨਹੀਂ ਸੀਗਾ। ਉਸ ਸਮੇਂ ਵੀ ਪੰਜਾਬ ਦੇ ਵਿੱਚ ਇੱਕ ਤੀਜੇ ਧਿਰ ਨੂੰ ਖਾਸੀ ਲੋਕਾਂ ਦੇ ਵਿੱਚ ਇੱਛਾ ਸੀਗੀ, ਉਹ ਜਿਹੜੀ ਉਹਨਾਂ ਦੀ ਪੂਰੀ ਨਹੀਂ ਹੋ ਸਕੀ। ਹੁਣ ਬਿਲਕੁਲ ਹੀ ਸੰਭਾਵਨਾ ਜਿਹੜੀ ਉਹ ਖਤਮ ਹੋ ਗਈ, ਕਿਉਂਕਿ ਆਪ ਇਸ ਹੱਦ ਤੱਕ ਟੁੱਟ ਭੱਜ ਗਈ। ਪਰ ਅਜੇ ਵੀ ਪੰਜਾਬ ਦੇ ਵਿੱਚ ਇਹ ਸਵਾਲ ਖੜ੍ਹਾ ਰਹੇਗਾ ਵੀ ਤੀਜੀ ਧਿਰ ਬਣਦੀ ਜਾਂ ਨਹੀਂ ਬਣਦੀ। ਲੋਕ ਆਪਣੇ ਆਪ ਨੂੰ ਜਿਹੜਾ ਹੁਣ ਸਮਝਦੇ ਵੀ ਆਪਨੇ ਸਾਡੇ ਨਾਲ ਧੋਖਾ ਕੀਤਾ, ਆਪਨੇ ਜਿਹੜਾ ਬਦਲ ਪੇਸ਼ ਕੀਤਾ ਸੀਗਾ ਵੀ ਆਹ ਕੁਝ ਕਰਾਂਗੇ, ਉਹਦੇ 'ਚ ਕੁਝ ਵੀ ਕਰਨ ਦੇ ਵਿੱਚ ਸਫਲ ਹੋਈ ਆ। ਹੁਣ ਵੀ ਇਹ ਨਹੀਂ ਪਤਾ ਲੱਗਦਾ ਵੀ ਚੋਣਾਂ ਸ਼ੁਰੂ ਹੁੰਦੀਆਂ, ਦੋ MLA ਇਹਨਾਂ ਦੇ ਚਲੇ ਗਏ। ਜੇ ਮੈਨੂੰ ਇਹ ਲੱਗਦਾ ਰੋਪੜ ਦੇ ਜਿਹੜਾ MLA ਆ ਅਮਰਜੀਤ ਸਦੋਆ ਜਿਹੜੇ ਗਏ ਕਾਂਗਰਸ ਦੇ ਵਿੱਚ, ਉਹਦੇ ਖਿਲਾਫ ਲੋਕ ਮੁਜ਼ਾਹਰੇ ਨਾ ਕਰਦੇ, ਉਹਦਾ ਪੁਤਲਾ ਨਾ ਸਾੜਦੇ, ਤਾਂ ਮੈਨੂੰ ਲੱਗਦਾ ਵੀ 2-3 MLA ਹੋਰ ਜਿਹੜੇ ਕਾਂਗਰਸ ਵੱਲੋਂ ਚਲੇ ਜਾਣੇ ਸੀਗੇ। ਉਹ ਇਸ ਕਰਕੇ ਰੁਕੇ ਕਿ ਬੇਇੱਜ਼ਤੀ ਦਾ ਲੈਵਲ ਆ ਵੱਧ ਗਿਆ ਵੀ ਲੋਕ ਇਸ ਪੱਧਰ ਦੇ ਉੱਪਰ ਆ ਗਏ। ਜਿਹੜੇ ਦੋਨੇ MLA ਗਏ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਇਸ ਕਰਕੇ ਇਸ ਤਰੀਕੇ ਦੀ ਸਥਿਤੀ ਪੈਦਾ ਹੋਈ ਹੈ। ਪਰ ਅਜੇ ਵੀ ਜਿਹੜੀ ਆ ਇੱਕ ਸਿਚੁਏਸ਼ਨ ਰਹੇਗੀ, ਜੇ ਆਪ ਇਕੱਠੀ ਹੋ ਕੇ ਹੋਰ ਪਾਰਟੀਆਂ ਨੂੰ ਨਾਲ ਲੈ ਕੇ ਕੋਈ ਇਸ ਕਿਸਮ ਦਾ ਬਦਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, 3 ਸਾਲਾਂ ਤੋਂ ਬਾਅਦ ਇੱਕ ਐਸੀ ਸਿਚੁਏਸ਼ਨ ਬਣ ਸਕੇਗੀ ਅਗਲੀਆਂ ਵਿਧਾਨ ਸਭਾ ਤੱਕ। ਜੇ ਨਹੀਂ ਬਣਾਏਗੀ ਤਾਂ ਫਿਰ ਇਹ ਜਿਹੜੀ ਟ੍ਰੈਡੀਸ਼ਨਲ ਜੋ ਸਥਿਤੀ ਹੈ, ਟ੍ਰੈਡੀਸ਼ਨਲ ਪਾਰਟੀਆਂ ਦੀ ਰਵਾਇਤੀ ਪਾਰਟੀਆਂ ਹੀ ਅੱਗੇ ਆਉਣਗੇ। ਅਲਟੀਮੇਟਲੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਮਤਲਬ ਕਰੀਬੀ ਮਾਮਲਾ ਹੋ ਸਕਦਾ, ਜੇ 3 ਸਾਲ ਦੇ ਵਿੱਚ, ਅਗਲੇ 3 ਸਾਲਾਂ ਦੇ ਵਿੱਚ ਕੈਪਟਨ ਸਰਕਾਰ ਨੇ ਡਿਲੀਵਰ ਨਾ ਕੀਤਾ ਠੀਕ ਢੰਗ ਨਾਲ, ਅਤੇ ਜਿਹੜੀ ਦੂਜੀ ਟ੍ਰੈਡੀਸ਼ਨਲ ਪਾਰਟੀ ਉਹਦੇ ਵੱਲ ਨੂੰ ਰਸਤਾ ਖੁੱਲ੍ਹ ਸਕਦਾ। ਇਹ ਅਗਲੇ 3 ਸਾਲਾਂ ਦੇ ਵਿੱਚ ਜਿਹੜੇ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਉਹ ਕਿੰਨੇ ਕੁ ਪੂਰੇ ਕਰਨਗੇ ਉਹਨਾਂ ਦੇ ਉੱਪਰ ਨਿਰਭਰ ਕਰਦਾ। ਆਮ ਆਦਮੀ ਪਾਰਟੀ ਪੰਜਾਬ ਵਿੱਚ ਰਹੇਗੀ, ਹਜੇ ਸੰਗਰੂਰ ਤੋਂ ਭਗਵੰਤ ਮਾਨ ਸੀਟ ਕੱਢਦੇ ਹੋਏ ਨਜ਼ਰ ਆ ਰਹੇ ਨੇ, ਅੱਗੇ ਲੀਡ ਕਾਫੀ ਲੈ ਗਏ ਨੇ। ਹਰਿਆਣਾ ਇਸ ਦਾ ਡੈਬਿਊ ਸੀਗਾ ਇਸ ਵਾਰ, ਇਹ ਡੈਬਿਊ ਜੇਕਰ 2014 ਵਿੱਚ ਹੋਇਆ ਹੁੰਦਾ ਤਾਂ ਸਿਚੁਏਸ਼ਨ ਸ਼ਾਇਦ ਅਲੱਗ ਹੁੰਦੀ। ਨਹੀਂ, ਆਪਕੇ ਲਈ ਤਾਂ ਮੁਝੇ ਦੇਖੋ ਜੀ, ਫਿਲਹਾਲ ਆਜ ਕੀ ਤਾਰੀਖ ਮੇਂ ਕੋਈ ਫਿਊਚਰ ਨਹੀਂ ਨਜ਼ਰ ਆਤਾ ਹਰਿਆਣਾ, ਇਵਨ ਹਰਿਆਣਾ ਮੇਂ ਵੀ। ਔਰ ਭਗਵੰਤ ਮਾਨ ਕਾ ਵੀ ਮੁਝੇ ਐਸਾ ਲਗਤਾ ਹੈ ਕਿ ਉਸਕੀ ਆਪਣੀ ਜੋ ਪਰਫਾਰਮੈਂਸ ਥੀ ਪਾਰਲੀਮੈਂਟ ਮੇਂ ਵੋ ਜ਼ਿਆਦਾ ਆਪਕੇ ਦਮ ਪੇ ਨਹੀਂ ਜਿੱਤਾ, ਵੋ ਉਸਕੀ ਆਪਣੀ ਆਇਡੈਂਟੀਟੀ ਹੈ ਔਰ ਇੰਡੀਵਿਜੁਅਲ, ਔਰ ਵੋ ਪਾਰਲੀਮੈਂਟ ਮੇਂ ਮੈਨੇ ਬੋਲਤੇ ਹੋਏ ਸੁਣਾ ਉਸਕਾ ਆਪਣਾ ਕੰਟ੍ਰਿਬਿਊਸ਼ਨ ਰਹਾ ਹੈ ਨਾ। ਲੇਕਿਨ ਔਰ ਜਹਾਂ ਤੱਕ ਹਰਿਆਣਾ ਕੀ ਬਾਤ ਹੈ, ਦੇਖੋ ਜਜਪਾ ਸੇ ਉਹਨਾਂ ਨੇ ਸਮਝੌਤਾ ਕੀਆ ਹੁਆ ਹੈ ਔਰ ਹੋ ਸਕਤਾ ਹੈ ਕਿ ਵੋ ਵਿਧਾਨ ਸਭਾ ਮੇਂ ਚਲਾਏ। ਲੇਕਿਨ ਦਿੱਲੀ ਮੇਂ ਜੋ ਅਬ ਉਨਕਾ ਹਾਲ ਹੁਆ ਹੈ, ਦੇਖੋ ਜਬ ਕਿਲਾ ਧਵਸਤ ਹੋ ਜਾਤਾ ਹੈ ਨਾ ਉੱਪਰ, ਤੋ ਫਿਰ ਵੋ ਨੀਚੇ ਤੱਕ ਟਰੈਵਲ ਕਰਤਾ। ਅਬ ਅਗਰ ਦਿੱਲੀ ਮੇਂ ਹੀ ਵੋ ਨਹੀਂ ਉਸ ਤਰ੍ਹਾਂ ਸੇ ਪਰਫਾਰਮ ਕਰ ਪਾਏ ਬਿਲਕੁਲ, ਤੋ ਹਰਿਆਣਾ ਮੇਂ ਕਿਸ ਉਸਸੇ ਆਗੇ ਆਏਂਗੇ। ਔਰ ਜੈਸੇ ਮੈਨੇ ਆਪਕੋ ਬਤਾਇਆ ਕਿ ਹਰਿਆਣਾ ਮੇਂ ਜੋ ਇਸ ਸਮੇਂ ਹਾਲਤ ਹੈ ਜਜਪਾ ਕੀ ਵੀ ਔਰ INLD ਕੀ ਵੀ, ਵੋ ਇਸ ਸਮੇਂ ਬਹੁਤ ਹੀ ਇਤਨੀ ਜਲਦੀ ਰਿਵਾਈਵ ਹੋਣੇ ਵਾਲੀ ਨਹੀਂ ਲੱਗਤੀ। ਹਾਲਾਂਕਿ ਬਹੁਤ ਸੇ ਲੋਕ ਐਸਾ ਬੋਲਤੇ ਹੈ ਕਿ ਜੀ ਚੌਟਾਲਾ ਸਾਹਿਬ ਜੋ ਹੈ ਵੋ ਜ਼ਰੂਰ ਅਸਰਟ ਕਰੇਂਗੇ ਇੱਕ ਦਿਨ, ਐਸੀ ਇੱਕ ਸੰਭਾਵਨਾ ਅਟਕਲਬਾਜ਼ੀ ਲੱਗਤੀ ਰਹਿਤੀ ਹੈ। ਕਈ ਲੋਕ ਇਹ ਵੀ ਕਹਤੇ ਹੈ ਕਿ ਬਾਦਲ ਸਾਹਿਬ ਵੀ ਉਸਮੇਂ ਮਦਦ ਕਰੇਂਗੇ, ਇੰਟਰਫੇਅਰ ਕਰੇਂਗੇ, ਦੋਨੋਂ ਭਾਈਓ ਕੋ ਬਿਠਾਏਂਗੇ ਅਜੇ ਔਰ ਅਭੈ ਕੋ। ਲੇਕਿਨ ਮੁਝੇ ਆਜ
और फिर कोई इस तरह का सिचुएशन बनता है तब तो कोई थर्ड मोर्चा बन सकता है हरियाणा में, जो कांग्रेस और बीजेपी के अलावा, क्योंकि हरियाणा की सिचुएशन अलग है ना जी, बीजेपी अब अपने दम पे है वहां पे, अब बीजेपी INLD पे या जैसे पहले होता था उस पे किसी पे डिपेंड तो है नहीं, और अब उन्होंने ये जो परफॉर्मेंस दी है उसके बाद तो सीएम और भी स्ट्रांग होंगे और उनके कॉन्फिडेंस का आप इससे अंदाजा लगा लो। हम लोग कल कहीं बात कर रहे थे, उन्होंने अभी रिजल्ट भी नहीं आए, मॉडल कोड ऑफ कंडक्ट खत्म हो गया, एंट्रेंस जो उनके होते हैं नौकरियों के वो धड़ाधड़ कर रहे हैं। कल भी परीक्षा थी HPSC की, तीनों दिन लगातार परीक्षा चल रही है और सुना है 20,000 वैकेंसीज और आ रही है। तो बीजेपी जैसे मैंने बताया कि अपनी प्लानिंग में बहुत ज़्यादा तेज चल रही है बाकी पार्टियों की तुलना में, और कांग्रेस में तो डिसिप्लिन की असली समस्या है। अब आज ये तो अभी शुक्र है कि तीनों नेता बड़े हार गए, अगर इनमें से एक जीत गया होता तो उसने अभी से चीफ मिनिस्ट्री का कहना था जी मैं ही हूँ चीफ मिनिस्टर का दावेदार, अगर हुड्डा साहब हार गए होते और शैलजा हार गए होते पहले ही कह गए थे कि चंडीगढ़ का रास्ता वाया दिल्ली होकर भी जा सकता है। तो फिर कांग्रेस में प्रॉब्लम ये है जी, कांग्रेस को अगर अब इसके चुनाव की लगातार दूसरी पिटाई है, बहुत खतरनाक और बुरी पिटाई है, क्योंकि 2014 की जो बात है उसमें और इसमें फर्क था। 14 में लगातार 10 साल कांग्रेस की सरकार थी मनमोहन सिंह जी के, लास्ट में बहुत सारे मामले उठ गए थे, लोग नाराज थे, एंटी इनकम्बेंसी थी। अब क्या था, अब तो एंटी इनकम्बेंसी इनके खिलाफ होनी चाहिए थी, GST है, डीमोनेटाइजेशन, कितने सारे मामले, आप कितना भी कह लो कि जी राष्ट्रवाद चला दिया, राष्ट्रवाद चला दिया, राष्ट्रवाद से आम आदमी को तो कुछ नहीं मिल रहा था, आम आदमी को तो नुकसान हुआ है मोदी गवर्नमेंट में 5 सालों में, रोजगार कम हुए, तमाम कोशिशों के बावजूद कांग्रेस एक नैरेटिव खड़ा ही नहीं कर पाई। और मोदी जी और क्या नैरेटिव खड़ा कर रहे थे राहुल गांधी कि जी मैं मोदी जी के अंदर प्यार जगा दूंगा, ये कौन सी बात है, जब फी डाल रहे हो आप, कभी आप कह रहे हो जी मैं मायावती से भी प्यार करता हूँ, मैं फलाना करता हूँ, और कहाँ लेके गए आप इस प्यार से, 44 से 51 पे या जितनी भी अंदाजा लोग कह रहे हैं ऑलमोस्ट उतना ही है, वो कोई परफॉर्मेंस थोड़ी हुई। तो कांग्रेस को ही सोचना पड़ेगा कि दे हैव टू, अनुसार तो बड़ी समस्या डिसिप्लिन की लगती भी है, कांग्रेस डिसिप्लिन है, प्लस एक एग्रेसिव लीडर चाहिए इस समय जो सारे देश में मोदी का मुकाबला कर पाए। रोपड़ साहब, कैप्टन बदलना पड़ेगा पंजाब का, नहीं बाकी थावां दा? नहीं नहीं, कोई कैप्टन बदलने की लोड़ नहीं, देखो ये तो जाके पार्टी दे विच जाके की होया कि कित्थे जाके असी फेल रहे हैं, कित्थे जाके असी नहीं, क्लियर कट दिख रहा है उनका कितने फेल हो, हरियाणा में क्लियर कट दिख रहा है। देखो गल ये है, कितने खत्म हो, देखो गल ये है, कैप्टन बदलने की कोई सिचुएशन नहीं एदा दी। देखो राहुल गांधी ने फ्रंट तो लड़ाई लड़ी है, इहदे विच कोई डाउट नहीं, ठीक है जित्तां हारां चलदियां रहिंदियां ने, इक बिल्कुल चाहे कोई मन्ने या ना मन्ने, इक नैरेटिव वो लैके चली गई बीजेपी भी पाकिस्तान दी नाल लड़ाई है, पाकिस्तान नाल लड़ाई तो असीं भी लड़ सकते हैं, होर कोई लड़ ही नहीं सकता। हुण एक जनरेशन चेंज हो गई ना, लोगों नूं 71 का पता है, ना लोगों नूं 65 का पता है, लोग तो यह सोचते वाकई मोदी जी लड़ सकते हैं, और मोदी जी एक इहो जिहा अवतार धार के आए हुए ने, और बाकी जिवें एक आम कहिंदे डाक्टर कहिंदा हुंदा ना भी चंगी तरह बुखार निकल लैण दो, चलो ठीक है बुखार निकल जूगा और पता लगेगा बाद च की बनता। इस करके जो मोदी जी लैके आए ने जिहड़ा इलैक्शन दे विच, उन्होंने कदे मुद्दे की गल नहीं चलाई, कदे वह मुद्दे आए नहीं, और वह हमेशा मुद्दे भटकाते रहे हैं, और उन्होंने ठीक है ही जे वेरी गुड ओरेटर मनना पूगा, वह आके ताड़ी मार के अपनी जी गल कर जाते हैं, और उन्होंने जाके बंगाल दे विच भी देखो यह नैरेटिव बनता, उत्थे भी जाके वह सक्सैसफुल होए ने। तुसीं एडमिट करदे पए हो तुहाडे कोले कोई वधिया ओरेटर नहीं हैगा? नहीं, असं एडमिट करने वाली कोई गल नहीं, ऑरेटर साढ़े भी वधिया ने, पर इस वेले जिहड़ा हैगा लोकां दे विच, जां फिर तुसीं इह एडमिट कर लो कि जो बीजेपी ने एजेंडा छेड़िया तुसीं उस एजेंडे विच फस गए। मैं कहना जी एजेंडा कोई छेड़िया नहीं, कोई गल फसण की गल नहीं, अज जो वह एजेंडा देश के उत्ते लागू कर रहे हैं और देश लई घातक है, देश लई नुकसानदायक है, और अज मैं एक तुहानू गल दसदा बड़ी जिम्मेवारी नाल कहना, जिस किस्म दा डर पैदा कर रहे हैं, चाहे वह मुसलमानां च पैदा कर रहे हैं, चाहे वह क्रिश्चन च पैदा करते हैं, और कल नूं सिखां दे विच भी पैदा होना है, और यह गल तुहानू मैं बड़ी जिम्मेवारी नाल कह रहा, वो एक डर पैदा कर रहे हैं, और एक मनोरिटी दे खड़ा करके मेजोरिटी नूं वोटां लै रहे हैं भी नहीं थोड़ा, यह मेजोरिटी नूं जे तुसीं खत्म नहीं करोगे, ये जे जिन्हें मुसलमान ने पाकिस्तानी है, जे कोई होर कोई साडे खिलाफ बोलता वह पाकिस्तानी है, इस किस्म दीआं गल्लां करके जिहड़ा वह देश नूं जिधर नूं लिजा रहे हैं, यह कोई वधिया पासे लैके नहीं जा रहे, ठीक है जित्तां हारां इलैक्शन चलदी। मीटिंग च अपने नाल बिठाउंदा है ते ए गल्लां करदे जी माइनोरिटी नूं नपना चाहुंदे आ। रुपड़ साहब, गलतियां लीडरां को हो जांदियां, ठीक है साढ़े लैवल नहीं है उन्होंने समझाने दे, पर मैंडेट दे के लोगों ने हिंदुस्तान ने 125 करोड़ तो उपर आबादी है, उन्हें तुहाडे इस राष्ट्रवाद नू, तुहाडे इस चौकीदार चोर है नू, तुहाडे इस माइनॉरिटी नू नप्पण दे चीज़ां नू जमा खारज करता। दूजी
जम्मू साहब ने गल की भी बेअदबी वाला इशू जड़ा वो 84 जिवें कांग्रेस नूं नहीं छड़दा इदां ही बेअदबी ने अकाली दल नूं नहीं छड़ना। 84 का जिहड़ा इंसीडेंट है वो कांग्रेस दे लीडर ने करवाया सी, प्लैंड सी ते मन्निया भी है। इंदिरा गांधी ने अटैक कराया, मनदी है, तो बाद चो उन्हें कहा गलती भी होगी, मैनू सिखां दे इतिहास का नहीं पता सी। राजीव गांधी ने मन्निया जेनोसाइड होया। जिहड़ी पंजाब दी बेअदबी दा इशू है इहनू तुसीं कतई नहीं जोड़ सकते भी बादल फैमिली ने करवाया जां किते उन्हां दा रोल आउंदा। चलो ये तो जोड़ सकते हैं, हो रहा सुखबीर सिंह बादल होना दा फिरोजपुर तो लड़ना अज जिथे तुसीं ये गल कहिंदे हो भी उत्थों दे लोग बेअदबी दे इशू च अकाली दल नूं नकारदे आ, जे अज उत्थों दे लोग अज तो 2 घंटे बाद अकाली दल दे प्रधान नूं पार्लीमेंट भेज देंदे आ ते फिर तुहाडे को की जवाब है बेअदबी? गिल साहब कोई आर्गूमेंट नहीं हैगा। गिल साहब इहदा मतलब 84 वाला आर्गूमेंट फिर तुसीं इस तरीके दे कोई कांग्रेस तों जिद्दी पई आ? श्रोमणी अकाली दल दे उपर तू एलीगेशन लाता, ठीक है? मैं एलीगेशन नहीं लाया, सुन लो, उत्तर नाल ही एलीगेशन ही हो गया ना जी। हां मैं तुहानू दस्सदा, तुहाडी सरकार नहीं, तुहाडी सरकार, तुहाडी सरकार सी सब तो वध सिख पंथ कहा जाता भी अकाली दल की सरकार है, श्री गुरु ग्रंथ साहब न सब तो वध मनण वाली धिर है। वो दौरान मतलब बीड़ा साड़िया जा, मतलब एक तुसी कमीशन बनाया जोरा सिंह का कमीशन बनाया जस्टिस जोरा सिंह का, वो रिपोर्ट ना लो, कार्रवाई तो करनी अगली गल है। ये सारा कुछ ते होया, किसी खिलाफ तुसी कोई कार्रवाई नहीं की, 2 नौजवान मारे गए, ये सारे मामला कितों तुहाडे खिलाफ क्यों होया? क्यों नहीं तुसी विरोधी धिर भी पंजाब च बन सके? ये लोगों की परसैप्शन बनी किस आधार से बनी? जिहड़े बंदे तुहानू 30-30 सालों तो जिहड़े अकाली सीगे वोटां पाउंदे सी, ओह कहिंदे भी इस वारी असीं तुहानू वोटां नहीं पावांगे क्योंकि गुरु ग्रंथ साहिब दी बेअदबी होई है, साडे गुरु दी बेअदबी। मतलब इहदे लई रिस्पोंसिबिलिटी तुहाडी सरकार ते सी, रिस्पोंसिबिलिटी कह सकदे हो। हां तुसीं गल कीती सी भी तुहाडे तों उत्तर ना, हां बिल्कुल वखरी गल, बिल्कुल इह गल रहेगी साडी सी, क्योंकि अकाली दल पंथक पार्टी होने ते लोगों नूं साडे ते बहुत माण सी। हाँ बैड लक रही भी साडे रिजीम च चीज़ां होईयां, हाँ मुलजम नहीं फड़ सके वो असीं मनदे आ, नहीं नहीं एक बैड लक नहीं रही भी नहीं फड़ सके, पंजाब दे विच सब तों वधिया नहीं करदा उस दौर दे विच होए, कोई नहीं। जम्मू साहिब तुसीं एक गल भुल रहे हो, एक गल सिंदर गल तुसीं भुलदे पे हो, सिंदर गल तुसीं भी एक गल भुलदे पे हो, तुसीं कहिंदे बेअदबी तुहाडे कार्यकाल विच वाजिब नहीं। गिल साहब तुसीं कह रहे हो बेअदबी, कांग्रेस दे राज च बेअदबी नहीं होईयां, सिंदर गिल कांग्रेस ने जे असीं कहीए असीं सियासत नहीं कीती महाराज, लेटेस्ट लेटेस्ट कांग्रेस दे राज दे विच जिहड़ी संगरूर च बेअदबी दा गुरु ग्रंथ साहिब नूं अग लगी इमीडिएट उन्होंने ओदी ओते कई सॉल्व हो गईयां, साडे वेले भी किन्नियां होईयां, सब सॉल्व होईयां, नहीं हो जाना होईयां सॉल्व। मैं कर लो, तुहानू कौन रोकदा? तुसीं तुसीं नहीं जिक्र करदे, तुसीं कर लो। बादल साहब तां कहिंदे आ हो गया, फिर की हो गया? कौन कहिंदे रहंदे? बादल साहब ने कहा है, कर लो, बादल साहब दी स्टेटमेंट है, सुना तुसीं, कर लो रिबेट, फिर रोकदा कौन है? बादल साहब दी स्टेटमेंट तुसीं निकोदर करना जिक्र कर लो, तुहाडे वेले क्यों होया? ओदो भी क्यों नौजवान मारे गए? कर लो, तुहानू रोकदा कौन है? अहीं तां करदे आ डिबेट, अहीं तां करदे आ, तुसीं क्यों नहीं जिक्र करदे? मैं ते तां पोज कीता भी जदों तुसीं सीधा एलीगेशन श्रोमणी अकाली दल ले लै जाओ ये दाग नहीं उतरना। हाँ बिल्कुल, दाग नहीं है बिल्कुल, नहीं नहीं सुखबीर सिंह बादल नूं पार्लीमेंट भेज देना अज फिर की होगा? पार्लीमेंट ते आ जाओ, पार्लीमेंट दे विच कांग्रेस दा रिणवा है,
ਲੀਡਰ ਹੈ ਉਹ ਸ਼ਰੇਆਮ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਿਹਾ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਦੀ ਮਦਦ ਕਰ ਰਿਹਾ ਓਪਨਲੀ ਕਾਂਗਰਸ ਦਾ ਕਾਂਗਰਸ ਤੇ ਕਾਂਗਰਸ ਬੈਠੀ ਆ ਫਿਰ ਇਹਨਾਂ ਦੇ ਕਾਂਗਰਸ ਦੇ ਕਿੰਨੇ ਲੀਡਰ ਆ ਜਿਹੜੇ ਬਾਹਰ ਕਰਦੇ ਉਹਨਾਂ ਬੰਦੇ ਜਿਹੜੇ ਸੁਖਬੀਰ ਬਾਦਲ ਦੀ ਮਦਦ ਕਰ ਰਹੇ ਆ ਇੱਥੇ ਆਸ਼ਾ ਕੁਮਾਰੀ ਨਹੀਂ ਨਹੀਂ ਆਸ਼ਾ ਕੁਮਾਰੀ ਆਈ ਸੀ ਮੈਂ ਉਹਨਾਂ ਨੂੰ ਪੁੱਛਿਆ ਇਹ ਸਵਾਲ ਕੀਤਾ ਇਹ ਵੀ ਫਿਰੋਜ਼ਪੁਰ ਦੇ ਵਿੱਚ ਜੀ ਜਵਾਬ ਦੋ ਹਾਂ ਵਿਰੋਧ ਕਰ ਰਹੇ ਹੋ ਫਿਰੋਜ਼ਪੁਰ ਦੇ ਦੇਖੋ ਬਿਲਕੁਲ ਗਲਤ ਗੱਲ ਹੈ ਇਹ। ਮੈਂ ਤੁਹਾਨੂੰ ਇੱਕ ਗੱਲ ਜਿਹੜੀ ਗੱਲ ਦੱਸਦਾ ਵੀ ਪਹਿਲਾਂ ਤਾਂ ਮੈਨੂੰ ਇੱਕ ਕੁਛ ਗੱਲਾਂ ਦੇ ਜਿਹੜੇ ਜਵਾਬ ਇੱਥੇ ਜਿਹੜੇ ਚੱਲੀਆਂ ਨੇ ਉਹਨਾਂ ਨੂੰ ਦੇ ਦੇਣੇ ਮੇਰੇ ਬਣਦੇ ਨੇ। ਜਿਵੇਂ ਇਹ ਗੱਲ ਕਰਦੇ ਨੇ ਨਾ ਇਹ ਆਪ ਆਪਣੀ ਗੱਲ 'ਚ ਫਸ ਗਏ ਵੀ ਇਹ ਕਹਿੰਦੇ ਵੀ 84 ਦਾ ਜੋ ਤੁਸੀਂ ਲੱਥਿਆ ਤਾਂ ਨੈਚੁਰਲ ਗੱਲ ਹੈ ਬਿਲਕੁਲ ਜੰਮੂ ਸਾਹਿਬ ਦੀ ਗੱਲ ਠੀਕ ਹੈ ਲੱਥਣਾ ਤੁਹਾਡੇ ਤੋਂ ਵੀ ਨਹੀਂ। ਉਹਦਾ ਕਾਰਨ ਇੱਕ ਵੀ ਨਾ ਤਾਂ ਤੁਸੀਂ 2 ਸਾਲ ਉਹ 'ਤੇ ਐਕਸ਼ਨ ਲਿਆ ਕੋਈ, ਫਿਰ ਜਿਵੇਂ ਉਹਨਾਂ ਨੇ ਦੱਸਿਆ ਜੋਰਾ ਸਿੰਘ ਦੀ ਰਿਪੋਰਟ ਆਈ ਉਹਨੂੰ ਤੁਸੀਂ ਰੱਦੀ ਦੀ ਟੋਕਰੀ 'ਚ ਸਿੱਟਤਾ, ਰੱਦੀ ਟੋਕਰੀ 'ਚ ਵੀ ਨਹੀਂ ਸਿੱਟਿਆ, ਫੜੀ ਹੋਈ ਨਹੀਂ। ਫਿਰ ਉਸ ਤੋਂ ਬਾਅਦ ਜੇ ਉਹ ਅਣਪਛਾਤੀ ਪੁਲਿਸ ਬਾਅਦ 'ਚ ਪਛਾਣੀ ਜਾ ਸਕਦੀ ਹੈ ਉਹਦੇ ਵਾਸਤੇ ਉਦੋਂ ਕੀ ਸੀਗਾ ਉਹਨੂੰ, ਕਿਉਂਕਿ ਉਦੋਂ ਉਹੀ ਪੁਲਿਸ ਨੇ ਉਦੋਂ ਸੋਲਵ ਕੀਤਾ, ਉਹੀ DGP ਉਦੋਂ ਸੀ। ਤੀਜੀ ਗੱਲ ਜਦੋਂ ਤੁਸੀਂ ਆਪ CM ਦੀ ਕੋਠੀ ਬੁਲਾ ਕੇ ਉਹ ਜਦੋਂ ਸੱਚੇ ਸੌਦੇ ਵਾਲੇ ਸੰਤ ਨੂੰ ਤੁਸੀਂ ਮਾਫ਼ ਕਰਦੇ ਹੋ ਔਰ ਉਹੀ ਸੱਚੇ ਸੌਦੇ ਵਾਲੇ ਸੰਤ ਦੇ ਉਹ ਪੈਰੋਕਾਰ ਨਿਕਲਦੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਚਲੋ ਜੋ ਸਾਧ ਕਹਿ ਲੈਣਾ, ਸੱਚੇ ਸੌਦੇ ਵਾਲੇ ਸਾਧ ਨੂੰ ਤੁਸੀਂ ਮਾਫ਼ ਕਰਦੇ ਹੋ ਔਰ ਉੱਥੇ ਬਹਿ ਕੇ ਤੁਸੀਂ ਅਕਾਲ ਤਖ਼ਤ ਤੋਂ ਮਾਫ਼ ਕਰਾਉਂਦੇ ਹੋ ਔਰ ਉਹੀ ਬਾਅਦ 'ਚ ਉਹਦੇ ਹੀ ਪੈਰੋਕਾਰ ਉੱਥੇ ਦੋਸ਼ੀ ਨਿਕਲਦੇ ਨੇ। ਬਾਅਦ 'ਚ ਅਸੀਂ ਫੜਦੇ ਹਾਂ ਗੁਰਮੀਤ ਸਿੰਘ ਜੀ, ਹਰਿਆਣਾ ਦੇ ਵਿੱਚ ਡੇਰੇ ਦਾ ਜ਼ੋਰ ਹੈਗਾ? ਨਹੀਂ ਜੀ, ਇਹ ਜੋ ਇਲੈਕਸ਼ਨ ਹੋਇਆ ਹੈ ਜੋ ਤਾਜ਼ਾ ਵਾਲਾ ਵੀ ਔਰ ਜਿਸ ਤਰ੍ਹਾਂ ਕੇ ਹਾਲਾਤ ਬਣ ਗਏ ਹੈ ਡੇਰਾ ਕੋ ਲੈ ਕੇ ਔਰ ਜਿਸ ਤਰ੍ਹਾਂ ਸੇ ਉਹ ਜੇਲ੍ਹ ਮੇਂ ਪਹੁੰਚ ਗਏ ਉਸਕੇ ਬਾਅਦ ਇਹ ਉਮੀਦ ਰੱਖਣਾ ਜਿਤਨਾ ਪਿਛਲੇ ਵਾਰ ਬਹੁਤ ਥਾ, ਨੋ ਡਾਊਟ ਪਿਛਲੇ ਜੋ ਵਿਧਾਨ ਸਭਾ ਇਲੈਕਸ਼ਨ ਥਾ ਉਸਮੇਂ ਵੀ ਉਨਕਾ ਇੱਕ ਰੋਲ ਥਾ ਬਹੁਤ ਬੜਾ, ਲੇਕਿਨ ਮੈਨੇ ਜੈਸੇ ਬਤਾਇਆ ਨਾ ਜਬ ਉੱਪਰ ਸੇ ਗਿਰ ਜਾਤਾ ਹੈ ਆਦਮੀ ਤੋ ਫਿਰ ਉਹ ਨੀਚੇ ਤੱਕ ਅਸਰ ਆਤਾ ਹੈ। ਤੋ ਮੁਝੇ ਨਹੀਂ ਲੱਗਤਾ ਕਿ ਅਗਲੇ ਚੁਣਾਵ ਮੇਂ ਸਿਰਸਾ ਸੀਟ ਸੇ ਤਾਂ ਗੁਰਮੀਤ ਸਿੰਘ ਜੀ ਦਿਖਾਇਆ ਸੀ। ਨਹੀਂ, ਮੈਂ ਕਹਿ ਰਹਾ ਹਾਂ ਸਰ ਦਿਖਾਇਆ ਹੋਗਾ, ਮੈਂ ਇਹ ਨਹੀਂ ਕਹਿ ਰਹਾ, ਲੇਕਿਨ ਮੈਂ ਆਪਕੋ ਇਹ ਕਹਿ ਰਹਾ ਹਾਂ ਕਿ ਅਗਰ ਹਮ ਇਹ ਸੋਚੇ ਕਿ ਵੋ ਫੈਕਟਰ ਅਭੀ ਵੀ ਸੇਮ ਵੈਸਾ ਹੋਗਾ ਜੈਸਾ ਪਹਿਲੇ ਤਾਂ ਵੋ ਹਮ ਨਹੀਂ ਮਾਨ ਸਕਤੇ, ਕਿਉਂਕਿ ਜਬ ਇੱਕ ਵਾਰ ਜੋ ਆਪਕਾ ਸ਼ੀਰਸ਼ ਬੰਦਾ ਹੈ ਵੋ ਜਬ ਜੇਲ੍ਹ ਮੇਂ ਚਲਾ ਜਾਏ ਔਰ ਵੋ ਜਿਸ ਤਰ੍ਹਾਂ ਸੇ ਪਰ ਇਸ ਇਲੈਕਸ਼ਨ ਤੋਂ ਇਮੀਡੀਏਟ ਪਹਿਲਾਂ ਜਿਹੜੇ ਹਰਿਆਣਾ ਸਰਕਾਰ ਦੇ ਕੁਛ ਇੱਕ ਫੈਸਲੇ ਅਜਿਹੇ ਸੀਗੇ ਜਿਨ੍ਹਾਂ ਨੇ ਕੁਐਸਚਨ ਕੀਤਾ ਇਸ ਚੀਜ਼ ਨੂੰ। ਬਿਲਕੁਲ ਮੈਂ ਕਹਿ ਰਹਾ ਹਾਂ ਨਾ ਰਿਲੈਕਸ ਦੇਣਾ ਚਾਹੇ ਉਹ ਡੇਰਾ ਦੀ ਉਸ ਨਹੀਂ, ਮੈਂ ਦੇਖੋ ਇਹ ਤਾਂ ਸਾਰੇ ਡੇਰੇ ਮੈਂ ਤਾਂ ਹਮੇਸ਼ਾ ਮੰਨਦਾ ਹਾਂ ਕਿ ਖੜੇ ਹੀ ਤਬ ਹੋਤੇ ਹੈ ਜਬ ਪੋਲੀਟੀਕਲ ਪਾਰਟੀਜ਼ ਉਨਕੋ ਪੈਟਰਨਾਈਜ਼ ਕਰਤੀ ਹੈ ਜਾਂ ਆਪਣੀ ਭੂਮਿਕਾ ਮੇਂ ਫੇਲ ਹੋਤੀ ਹੈ। ਦੇਖੋ ਪਬਲਿਕ ਜੋ ਹੈ ਵੋ ਡੈਮੋਕ੍ਰੇਸੀ ਮੇਂ ਨੇਤਾ ਕੇ ਪਿੱਛੇ ਹੋਣੀ ਚਾਹੀਏ, ਚਾਹੇ ਨੇਤਾ ਜੈਸਾ ਵੀ ਹੈ ਮੈਂ ਕਹਤਾ ਹੂੰ, ਲੇਕਿਨ ਅਗਰ ਵੋ ਡੇਰੋ ਕੇ ਪਾਸ ਚਲੀ ਜਾਏਗੀ ਇਟ ਮੀਨਸ ਕਿ ਪੋਲੀਟੀਕਲ ਪਾਰਟੀਜ਼ ਮੇਂ ਵੋ ਫੇਲ ਹੋ ਰਹੇ, ਤਬ ਪੋਲੀਟੀਕਲ ਪਾਰਟੀਜ਼ ਕੇ ਜਬ ਫੇਲ ਹੋ ਜਾਤੇ ਹੈ ਤਬ ਜਬ ਬੰਦੇ ਕੋ ਕੁਛ ਨਹੀਂ ਦਿਖਤਾ ਤੋ ਵੋ ਜਾ ਕੇ ਡੇਰੇ ਡੇਰਿਆਂ ਦੀ ਲੋੜ ਪੈਂਦੀ ਹੈ। ਚਲੋ ਇੱਕ ਦੋ ਮੈਂ ਛੋਟੀਆਂ ਗੱਲਾਂ ਕਹਿ ਕੇ ਮੈਂ ਨਿਕਲਣਾ। ਇੱਕ ਤਾਂ ਹਰਿਆਣੇ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਕਾਂਗਰਸ ਦੇ ਵਿੱਚ ਮੇਰੇ ਖਿਆਲ 4 ਸਾਲ ਹੋ ਗਏ ਅਸ਼ੋਕ ਤਮਰੋਣੀ ਪ੍ਰਧਾਨ ਨੇ ਉੱਥੋਂ ਦੇ, ਨਾ ਇਹਨਾਂ ਦੀ ਬਲਾਕ ਪੱਧਰ 'ਤੇ ਕੋਈ ਔਰਗੇਨਾਈਜੇਸ਼ਨ, ਬਲਾਕ ਪੱਧਰ 'ਤੇ ਕੋਈ ਪ੍ਰਧਾਨ ਨਹੀਂ, ਡਿਸਟ੍ਰਿਕਟ ਪੱਧਰ 'ਤੇ ਕੋਈ ਔਰਗੇਨਾਈਜੇਸ਼ਨ ਨਹੀਂ ਸੀ। ਇਸ ਕਰਕੇ ਜਿਹੜੀ ਔਰਗੇਨਾਈਜੇਸ਼ਨ ਦੇ ਖਿਲਾਫ਼ ਔਰਗੇਨਾਈਜੇਸ਼ਨ ਨੇ ਲੜਾਈ ਲੜਨੀ ਸੀ ਉਹਦੇ ਵਿੱਚ ਕਾਂਗਰਸ ਹਰਿਆਣਾ ਦੇ ਵਿੱਚ ਫੇਲ ਹੋਈ ਆ। ਇਸ ਕਰਕੇ ਇਸ ਤਰੀਕੇ ਦੇ ਰਿਜ਼ਲਟ ਆਏ, ਜੇ ਇਹਨਾਂ ਦੀ ਔਰਗੇਨਾਈਜੇਸ਼ਨ ਥੋੜ੍ਹੀ ਬਾਲੀ ਬਣੀ ਹੁੰਦੀ ਤਾਂ ਇਹ ਟੱਕਰ ਦੇਣ ਦੇ ਵਿੱਚ ਕਾਮਯਾਬ ਹੋ ਸਕਦੇ ਸੀ। ਦੂਜਾ ਮੈਂ ਅਕਾਲੀ ਦਲ ਬਾਰੇ ਕਹਿਣਾ ਚਾਹੁੰਦਾ, ਜਿਹੜੇ ਇਹ ਮੋਦੀ ਸਾਹਿਬ ਨੂੰ ਜਿਹੜੀ ਪ੍ਰਸ਼ੰਸਾ ਕਰਦੇ ਮੋਦੀ ਦੇ ਨਾਂ ਦੇ ਉੱਪਰ ਵੋਟਾਂ ਮੰਗੀਆਂ, ਅਕਾਲੀ ਦਲ ਦੀ ਜਦੋਂ ਸਰਕਾਰ ਹੁੰਦੀ ਸੀ ਜਦੋਂ ਬਾਦਲ ਸਾਹਿਬ ਦਿੱਲੀ ਜਾਂਦੇ ਸੀਗੇ ਮੋਦੀ ਸਾਹਿਬ ਤੋਂ ਮਿਲਣ ਨੂੰ ਟਾਈਮ ਨਹੀਂ ਸੀ ਮਿਲਦਾ, ਪੈਸੇ ਨਹੀਂ ਸੀ ਮਿਲਦੇ, ਜਦੋਂ ਡਾਕਟਰ ਮਨਮੋਹਨ ਸਿੰਘ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਵੀ ਡਾਕਟਰ ਮਨਮੋਹਨ ਸਿੰਘ ਦੀ ਜਦੋਂ ਮਰਜ਼ੀ ਕੁੰਡੀ ਜਾ ਕੇ ਖੋਲ ਲਈਦੀ ਸੀ ਅਤੇ ਉਹ ਸਾਡੇ ਗਿਆਨ ਦਾ ਸਤਿਕਾਰ ਕਰਦੇ ਸੀ। ਪਿਛਲੀ ਮੋਦੀ ਸਰਕਾਰ ਦੇ ਸਮੇਂ ਪੰਜਾਬ ਨੂੰ ਜਿਹੜਾ ਕਿਸੇ ਤਰੀਕੇ ਨਾਲ ਕੋਈ ਇਨਸਾਫ ਜਿਹੜਾ ਨਹੀਂ ਹੋਇਆ, ਪੰਜਾਬ ਨੇ ਆਪਣਾ ਮਾਮਲਾ ਕਿੰਨੀ ਵਾਰੀ ਰੱਖਿਆ, ਨਾ ਕੈਪਟਨ ਸਰਕਾਰ ਨੇ ਜਿੰਨੀ ਵਾਰੀ ਅਨਾਜ ਦੇ ਘੁਟਾਲੇ ਵਾਲੇ ਮਾਮਲੇ ਦੇ ਉੱਪਰ ਅਨਾਜ 31,000 ਕਰੋੜ ਦੇ ਅਤੇ ਵਾਰ ਵਾਰ ਕੇਂਦਰ ਗਏ ਉੱਥੇ ਕੇਂਦਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ, ਇਸੇ ਤਰੀਕੇ ਨਾਲ ਇਹਨਾਂ ਦੀ ਮਦਦ ਨਹੀਂ ਹੁੰਦੀ। ਪਰ ਜਿਹੜੇ ਮਾਮਲੇ ਇਹਨਾਂ ਨੇ ਰੀਜਨਲ ਪਾਰਟੀ ਖੇਤਰੀ ਪਾਰਟੀ ਹੁੰਦਿਆਂ ਹੋਇਆਂ ਹਟਾਉਣੇ ਸੀਗੇ, ਕੁਝ ਵਾਰੀ ਇਹ ਅਕਾਲੀ ਦਲ ਜਿਹੜੇ ਆ ਕਾਂਗਰਸ ਨਾਲੋਂ ਵੀ ਅੱਗੇ ਚੱਲ ਜਾਂਦੇ ਰਹੇ। ਇਸ ਕਰਕੇ ਜਿਹੜੀ ਇਹਨਾਂ ਦੀ ਖੇਤਰੀ ਆਇਡੈਂਟੀ ਹੈ, ਰੀਜਨਲਿਜ਼ਮ ਹੈ, ਜਿਹੜੀ ਖੇਤਰੀ ਆਇਡੈਂਟੀ ਹੈ ਉਹਨੂੰ ਜੇ ਕਾਇਮ ਨਹੀਂ ਰੱਖਣਗੇ ਤਾਂ ਇਹਨਾਂ ਲਈ ਵੀ ਕਈ ਸਵਾਲ ਖੜੇ ਹੋ ਜਾਣਗੇ। ਇਹਦੇ ਬਾਰੇ ਬਾਦਲ ਸਾਹਿਬ ਨੂੰ ਸੋਚਣਾ ਪਏਗਾ, ਜਿਹੜੀ ਇਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹਨੂੰ ਸੋਚਣਾ ਪਏਗਾ ਵੀ ਜੇ BJP ਦੇ ਨਾਲ ਲੱਗ ਕੇ ਇਸ ਹੱਦ ਤੱਕ ਆਪਣੀ ਆਇਡੈਂਟੀ ਗਵਾ ਦੇਣਗੇ ਤਾਂ ਇਹਨਾਂ ਲਈ ਅਗਲੇ ਸਮੇਂ ਦੇ ਵਿੱਚ ਇੱਕ ਸਵਾਲ ਖੜਾ ਹੋ ਜਾਏਗਾ, BJP ਇਹਨਾਂ ਨਾਲ ਰਹੇਗੀ ਜਾਂ ਨਹੀਂ ਰਹੇਗੀ, ਇਸ ਕਿਸਮ ਦੇ ਸਵਾਲ ਵੀ ਖੜੇ ਹੋ ਜਾਣਗੇ। ਇੱਕ ਆਖਰੀ ਸਵਾਲ ਦਾ ਹੋਰ ਜਵਾਬ ਦਿਓ ਫਿਰ ਤੁਸੀਂ ਜਾਣਾ। ਜਦੋਂ ਬਾਦਲ ਸਾਹਿਬ ਦੇ ਮੋਦੀ ਸਾਹਿਬ ਪੈਰੀ ਹੱਥ ਲਾਉਂਦੇ ਹੈਗੇ ਆ, ਬਾਦਲ ਸਾਹਿਬ ਤੋਂ ਆਸ਼ੀਰਵਾਦ ਦੇ ਵਿੱਚ ਆਸ਼ੀਰਵਾਦ ਦੇ ਰੂਪ ਵਿੱਚ ਮੋਦੀ ਸਾਹਿਬ ਨੇ ਕੀ ਮੰਗਿਆ ਹੋਊਗਾ?
एक ऐसा दिख बनाई जिहड़े मुद्दियां ते उन्होंने चोणां पिछलियां जित्तियां सी उह कोई मुद्दे की उन्होंने गल नहीं की। उन्होंने चोण लड़ी सिर्फ मतलब बालाकोट वाले पुलवामा के उपर पाक एंटी पाकिस्तान राष्ट्रवाद के नाँ के उपर एंटी मुस्लिम चो लड़ी, मतलब इस तरीके का उन्होंने नरेटिव सैट करता जिहड़े सारे मुद्दे दबके रह गए, जिहड़े कांग्रेस मुद्दे भी उठाउंदी रही वह भी दबके रह गए, कोई मुद्दा बनिया ही नहीं गा। मुद्दा वो जम्मू जी ने शायद वो जवाब नहीं दिया, बादल साहब के पैर उन्होंने केवल इसलिए छुए जिससे पंजाब में बीजेपी के लिए एक अच्छा मैसेज आए। मोदी साहब हर चीज को इवेंट बनाना जानते हैं, बस वो एक इवेंट तो बाद कुछ नहीं गा, मतलब वो एक मैसेज देना चाहते थे कि पंजाब नु हुन फिर मोदी साहब दे पैर टिकना पैना। बिल्कुल, जो प्रधानमंत्री आधे मसले हल करवाते बिल्कुल बिल्कुल इतने सारा कुछ मैं गल करूंगा। बिल्कुल जम्मू साहब ने बिल्कुल किया, पांच बार सीएम ने 31,000 करोड़ वाला मामला प्राइम मिनिस्टर ना मुलाकात करके उठाया, उन्होंने कभी उससे हल नहीं किया। चलो एक मैं छोटा है ब्रेक लेना, ब्रेक तो वापस आवांगे। पंजाब के मुद्दे बड़े डिफरेंट है, बड़े वक्रे है, उन्होंने मुद्दों का हल मोदी साहब कर सकते नहीं कर सकते, सवाल यह है। इतने इस ब्रेक तो बाद सवाल आके अगली डिबेट्स में पूछूंगा जरूर। फिलहाल एक छोटा जिहा वक्फा, वक्फे तो बाद फिर फैसला देश का।